ਤੁਹਾਨੂੰ ਸੱਜਣੋਂ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਜੀ ਆਇਆਂ ਨੂੰ। ਸੋ ਇਸ ਵਕਤ ਸਭ ਤੋਂ ਪਹਿਲੀ ਗੱਲ ਇਹ ਕਿ ਲਾਈਨਾਂ ਖੁੱਲੀਆਂ ਨੇ, ਤੁਸੀਂ ਕੋਈ ਵੀ ਸਵਾਲ ਵੈਦ ਵੀ ਕੇ ਸਿੰਘ ਨੂੰ ਕਰਨਾ ਤਾਂ 92-1-64-9216-25762 ਦੇ ਉੱਤੇ ਕਰ ਸਕਦੇ ਹੋ, ਜੁੜ ਸਕਦੇ ਹੋ ਸਾਡੇ ਨਾਲ ਅੱਜ ਦੇ ਸ਼ੋਅ ਦੇ ਵਿਚ। ਬਸ ਬੇਨਤੀ ਇੰਨੀ ਹੈ ਕਿ ਸਵਾਲ ਕਾਲ ਕਰਕੇ ਕਰਨਾ ਫੋਨ ਲਾਈਨ ਦੇ ਜ਼ਰੀਏ, ਜਾਂ ਫਿਰ ਤੁਸੀਂ ਫੋਨ ਨਹੀਂ ਕਰ ਸਕਦੇ ਤਾਂ ਸੁਨੇਹਾ ਲਿਖ ਕੇ ਭੇਜ ਸਕਦੇ ਹੋ ਮੇਰੇ ਵਟਸਐਪ ਤੇ ਜਾਂ ਗਰੁੱਪ ਦੇ ਵਿਚ। ਤੇ ਉਧਰੋਂ ਸਵਾਗਤ ਕਰਦੇ ਹਾਂ ਵੈਦ ਵੀ ਕੇ ਸਿੰਘ ਦਾ। ਵੈਦ ਜੀ ਸਵਾਗਤ, ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਸੀਂ ਜੁੜੇ ਹੋ। ਵੈਦ ਜੀ ਦੱਸਿਓ ਅੱਜ ਕਿਸ ਵਿਸ਼ੇ ਤੇ ਗੱਲ ਕਰਨੀ ਹੈ, ਪਰ ਉਦੋਂ ਪਹਿਲਾਂ ਇੱਕ ਗੱਲ ਮੈਂ ਦੱਸਦਾ ਕਿ ਨਕਸੀਰ ਜਾਂ ਨੱਕ ਚੋਂ ਅਚਾਨਕ ਲਹੂ ਆਉਣਾ, ਉਹਦੇ ਕਾਰਨ ਤਾਂ ਤੁਸੀਂ ਦੱਸ ਸਕੋਗੇ। ਮੇਰੇ ਰਾਤ ਵੀ ਆਇਆ ਤੇ ਸਵੇਰੇ ਵੀ, ਪਤਾ ਨਹੀਂ ਕਿਵੇਂ, ਕੁਛ ਗਰਮ ਵੀ ਨਹੀਂ ਖਾਧਾ ਸੀ। ਥੋੜੀ ਆਵਾਜ਼ ਦੀ ਸਮੱਸਿਆ ਜੀ, ਕੁਐਸਚਨ ਸਮਝ ਨਹੀਂ ਆਇਆ। ਨੱਕ ਦੇ ਵਿੱਚੋਂ ਬਲੀਡਿੰਗ ਆਉਂਦੀ ਹੈ? ਹਾਂਜੀ, ਅਕਸਰ ਹੁਣ ਗਰਮੀ ਚ ਨਕਸੀਰ ਦੀ ਜਿਹੜੀ ਹੈਗੀ ਆ ਤਕਲੀਫ ਹੋ ਜਾਂਦੀ ਹੈ, ਕਿਉਂਕਿ ਗਰਮੀ ਵਧਣ ਨਾਲ ਨਕਸੀਰ ਆਮ ਚੱਲਦੀ ਹੈ ਜੀ। ਤੇ ਇਹਦੇ ਵਾਸਤੇ ਮੈਂ ਪਹਿਲਾਂ ਜੀ ਫਾਰਮੂਲਾ ਦੱਸਿਆ ਜੀ, ਇੱਕ ਉਸ਼ੀਰਾ ਸਾਹਿਬ ਇੱਕ ਬੋਤਲ ਆਉਂਦੀ ਆ ਵੈਦਨਾਥ ਕੰਪਨੀ ਤੇ ਡਾਬਰ ਕਈ ਕੰਪਨੀਆਂ ਬਣਾਉਂਦੀਆਂ ਉਸ਼ੀਰਾ ਸਾਹਿਬ ਜੀ। ਇੱਕ ਤਾਂ ਉਹ ਚਾਰ ਚਾਰ ਚਮਚ ਤਿੰਨ ਟਾਈਮ ਪੀਣੇ ਚਾਹੀਦੇ ਨੇ, ਤੇ ਇੱਕ ਜਿਹੜਾ ਆਪਣਾ ਗੂੰਦ ਕਤੀਰਾ ਸ਼ਾਮ ਨੂੰ ਮਤਲਬ ਚਮਚਾ ਇੱਕ ਗਲਾਸ ਪਾਣੀ ਵਿਚ ਭਿਉਂਤਾ, ਤੇ ਥੋੜੀ ਜਿਹੀ ਇਲਾਇਚੀ ਦੇ ਛੋਟੇ ਬੀਜ 10 ਬੀਜ ਗਿਣ ਕੇ ਤੁਸੀਂ ਪਾ ਦੋ, ਕੁੱਟ ਕੇ ਉਹਦੇ ਵਿਚ ਪਾ ਦੋ, ਤੇ ਸਵੇਰੇ ਉਹਨੂੰ ਤੁਸੀਂ ਪੀਣਾ ਗੂੰਦ ਕਤੀਰਾ ਤੇ ਨਾ ਉਸ਼ੀਰਾ ਸਾਹਿਬ ਪੀਓ, ਤੇ ਇਹਦੇ ਨਾਲ ਜਿਹੜੀ ਨਕਸੀਰ ਦੀ ਪ੍ਰੋਬਲਮ ਆ ਜਾਂਦੀ ਗਰਮੀ ਚ ਅਕਸਰ ਕਿਸੇ ਵੀ ਸਰੋਤੇ ਨੂੰ ਵੀ ਆਉਂਦੀ ਹੋਵੇ ਤਾਂ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਆ। ਤੇ ਕੋਸ਼ਿਸ਼ ਕਰੋ ਵੀ ਡਰਾਈ ਫਰੂਟ ਗਰਮ ਚੀਜ਼ਾਂ ਦਾ ਆਪਾਂ ਪਰਹੇਜ਼ ਕਰੀਏ। ਤੇ ਅੱਜ ਆਪਾਂ ਗੱਲ ਕਰਨੀ ਆ ਸਰੋਤਿਆਂ ਦੇ ਜਿੰਨੇ ਵੀ ਕੁਐਸਚਨ ਮੈਨੂੰ ਆਉਂਦੇ ਰਹਿੰਦੇ ਨੇ ਵਟਸਐਪ ਪਰ, ਜਾਂ ਪਰਸਨਲੀ ਫੋਨ ਵੀ ਕਰਦੇ ਆ, ਜਾਂ ਫਿਰ ਪ੍ਰੋਗਰਾਮ ਵਿਚ ਵੀ ਸਰੋਤੇ ਕੁਐਸਚਨ ਕਰਦੇ ਨੇ, ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਨਾਲ ਦੀ ਨਾਲ ਇੱਕ ਹਫ਼ਤਾ ਆਪਾਂ ਮੈਡੀਕਲ ਪਲਾਂਟਾਂ ਦੀ ਗੱਲ ਕਰੀਏ ਤੇ ਇੱਕ ਹਫ਼ਤਾ ਨੁਸਖੇ ਬਾਰੇ ਜਾਂ ਕਿਸੇ ਬਿਮਾਰੀ ਬਾਰੇ ਗੱਲ ਕਰੀਏ। ਪਰ ਕਈ ਵਾਰੀ ਐ ਹੋ ਜਾਂਦਾ ਵੀ ਸਰੋਤੇ ਕੁਐਸਚਨ ਕਰਦੇ ਨੇ ਤੇ ਉਹਨਾਂ ਦਾ ਮਨ ਕਰਦਾ ਵੀ ਸਾਰੇ ਜਿੰਨੇ ਵੀ ਹੁਣ ਤੱਕ ਕੁਐਸਚਨ ਹੋਏ ਨੇ ਆਪਾਂ ਸਭ ਦਾ ਜਵਾਬ ਦਈਏ ਵਾਰੀ ਵਾਰੀ। ਸਰੋਤਿਆਂ ਨੇ ਹੁਣ ਜਿਹੜੇ ਕੁਐਸਚਨ ਮੈਨੂੰ ਅਕਸਰ ਮੇਰੇ ਫੋਨ ਤੇ ਕੀਤੇ ਨੇ ਜਾਂ ਮੈਨੂੰ ਵਟਸਐਪ ਕਰਕੇ ਕੀਤੇ ਨੇ, ਮੈਂ ਉਹ ਸਾਰੇ ਜਿੰਨੇ ਕੁ ਅੱਜ ਆਪਣਾ ਟਾਈਮ ਮਿਲਿਆ ਉਹਦੇ ਵਿਚ ਹੋ ਜਾਣ ਉਹਨਾਂ ਦੇ ਮੈਂ ਆਨਸਰ ਦਊਂਗਾ। ਤੇ ਕੁਐਸਚਨ ਜਿਹੜੇ ਆਮ ਮੈਨੂੰ ਹੁੰਦੇ ਨੇ, ਹੁਣ ਸਰੋਤਿਆਂ ਨੇ ਇੱਕ ਗੱਲ ਮੈਨੂੰ ਦੋ ਤਿੰਨ ਵਾਰੀ ਕਈਆਂ ਦੇ ਕਾਲ ਆਈ ਆ ਵੀ ਕੋਈ ਲੱਸੀ ਦਾ ਮਸਾਲਾ ਦੱਸੋ ਵੀ ਜਿਹੜੀ ਆਪਾਂ ਲੱਸੀ ਪੀਨੇ ਆ ਘਰਾਂ ਚ ਉਹਦੇ ਫਿਰ ਅਕਸਰ ਆਪਾਂ ਨਮਕ ਜਾਂ ਕਾਲਾ ਨਮਕ ਪਾ ਕੇ ਸਾਰ ਲੈਂਦੇ ਆ, ਪਰ ਕੋਈ ਲੱਸੀ ਦਾ ਮਸਾਲਾ ਹੋਵੇ ਜਿਹਦੇ ਵਿਚ ਆਪਾਂ ਘਰੇਲੂ ਚੀਜ਼ਾਂ ਪਾ ਲਈਏ। ਹੁਣ ਲੱਸੀ ਦਾ ਮਸਾਲਾ ਜਿਹੜਾ ਮੈਂ ਦੱਸਣਾ ਸਰੋਤਿਆਂ ਨੂੰ ਸਾਰੇ ਧਿਆਨ ਨਾਲ ਸੁਣ, ਕਿਉਂਕਿ ਲੱਸੀ ਗਰਮੀ ਚ ਆਮ ਆਪਾਂ ਪੀਨੇ ਆ ਤੇ ਸਰਦੀ ਚ ਵੀ ਪੀਨੇ ਜਿਹਨਾਂ ਨੂੰ ਆਦਤ ਹੁੰਦੀ ਆ, ਰੋਟੀ ਨਾਲ ਖੱਟੀ ਲੱਸੀ ਪੀਣੀ ਓ ਪੀਣੀ ਆ। ਜਿਹੜਾ ਮਸਾਲਾ ਇਹ ਮਸਾਲਾ ਵਰਤ ਕੇ ਦੇਖੋ, ਇੱਕ ਤਾਂ ਲੱਸੀ ਦਾ ਟੇਸਟ ਵੀ ਵਧੂਗਾ ਤੇ ਦੂਜਾ ਗੈਸ ਤੇਜ਼ਾਬ ਹਾਜ਼ਮਾ ਬਿਲਕੁਲ ਠੀਕ ਰਹੂਗਾ, ਕਬਜ਼ ਵੀ ਇਹਦੇ ਨਾਲ ਖੁੱਲਦੀ ਆ। ਅਜਵੈਣ, ਦੇਸੀ ਅਜਵੈਣ ਲੈ ਲੈਣੀ ਆਪਾਂ ਨੇ, ਤੇ ਕਾਲੀਆਂ ਮਿਰਚਾਂ, ਸੁੰਢ ਤੇ ਜੀਰਾ, ਇਹ ਸਾਰੀਆਂ ਚੀਜ਼ਾਂ ਆਪਣੇ 100-100 ਗ੍ਰਾਮ ਲੈਣੀ ਹੈ। ਦੇਸੀ ਅਜਵੈਣ ਵਧੀਆ ਸਾਫ਼ ਸੁਥਰੀ, ਸਾਫ਼ ਕਰ ਲਿਓ, ਕੋਈ ਇਹਦੇ ਵਿਚ ਜਿਹਨੂੰ ਕਹਿੰਦੇ ਵੀ ਕੋਈ ਡਲਾ ਜਾਂ ਕੋਈ ਵਿਚ ਕਈ ਵਾਰੀ ਹੁੰਦਾ ਮਿਕਸ ਹੋਰ, ਉਹ ਕੱਢ ਲਿਓ, ਸਾਫ਼ ਕਰ ਲਓ 100 ਗ੍ਰਾਮ ਅਜਵੈਣ ਤੇ ਕਾਲੀਆਂ ਮਿਰਚਾਂ, ਵਧੀਆ ਕਾਲੀਆਂ ਮਿਰਚਾਂ ਤੇ ਸੁੰਢ, ਸੁੰਢ ਗਲੀ ਹੋਵੇ ਨਾ ਹੋਵੇ ਸਾਫ਼ ਸੁਥਰੀ ਸੁੰਢ ਹੋਵੇ ਤਾਂ ਚੰਗੀ ਗੱਲ ਆ, ਤੇ ਜੀਰਾ, ਜਿਹੜਾ ਜੀਰਾ ਹੈ ਜੀਰੇ ਨੂੰ ਕਰਨਾ ਕੀ, ਇਹਨੂੰ ਪਹਿਲਾਂ ਫਰਾਈ ਕਰ ਲੈਣਾ, ਜੀਰਾ ਤੁਸੀਂ ਤਵੇ ਪਰ ਰੱਖ ਲਓ ਤੇ ਉਹਦੇ ਪਰ ਤੁਸੀਂ ਹਲਕੀ ਹਲਕੀ ਸੇਕ ਪਰ ਉਹਨੂੰ ਫਰਾਈ ਕਰ ਲਓ, ਬੜਾ ਜਣੇ ਰੱਖ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ 100-100 ਗ੍ਰਾਮ, ਅਜਵੈਣ, ਕਾਲੀਆਂ ਮਿਰਚਾਂ, ਸੁੰਢ ਤੇ ਜੀਰਾ, 100-100 ਗ੍ਰਾਮ ਲੈ ਕੇ ਇਹਨਾਂ ਦਾ ਪਾਊਡਰ ਬਣਾ ਲਓ। ਤੇ ਅੱਗੇ ਜਿਹੜੀ ਚੀਜ਼ਾਂ ਚਾਹੀਦੀਆਂ ਆਪਾਂ ਨੂੰ, 1/2 ਕਿਲੋ ਚਾਹੀਦਾ ਨਮਕ ਕਾਲਾ ਜੀ, 1/2 ਕਿਲੋ ਕਾਲਾ ਨਮਕ
ਤੇ ਅੱਧਾ ਕਿਲੋ ਦੇ ਵਿੱਚ ਆਪਾਂ ਨੇ ਪਾਉਣਾ ਜਿਹੜਾ ਘਰ ਦਾ ਦਲੀਆਂ ਵਾਲਾ ਨਮਕ ਹੁੰਦਾ ਜੀ। ਸੇਂਦਾ ਨਮਕ ਹੋ ਜਾਵੇ ਚੰਗੀ ਗੱਲ ਆ, ਨਹੀਂ ਤਾਂ ਆਮ ਜਿਹੜਾ ਘਰ ਚਿੱਟਾ ਲੂਣ ਹੁੰਦਾ ਤੁਸੀਂ ਉਹ ਵੀ ਵਰਤ ਸਕਦੇ ਹੋ, ਪਰ ਕੋਸ਼ਿਸ਼ ਕਰਿਓ ਜੇ ਹੋ ਸਕੇ ਤਾਂ ਦਲੀਆਂ ਵਾਲਾ ਨਮਕ ਜਾਂ ਸੇਂਦਾ ਨਮਕ ਆਪਾਂ ਖਰੀਦ ਕੇ ਪਾਈ ਜੀ। ਅੱਧਾ ਕਿਲੋ ਹੋ ਗਿਆ ਕਾਲਾ ਨਮਕ ਤੇ ਅੱਧਾ ਕਿਲੋ ਹੋ ਗਿਆ ਸੇਂਦਾ ਨਮਕ ਜਾਂ ਦਲੀਆਂ ਵਾਲਾ ਨਮਕ ਜੀ। ਇਹ ਸਾਰੀਆਂ ਚੀਜ਼ਾਂ ਆਪਾਂ ਨੇ ਮਿਕਸ ਕਰ ਲੈਣੀਆਂ ਚੰਗੀ ਤਰ੍ਹਾਂ, ਤੇ ਮਿਕਸ ਕਰਕੇ ਤੁਸੀਂ ਕਿਸੇ ਭਾਂਡੇ ਵਿਚ ਨੂੰ ਸਾਂਭ ਲਓ। ਜਿਹੜਾ ਇਹ ਲੱਸੀ ਦਾ ਮਸਾਲਾ ਹੈ, ਕੱਲਾ ਲੱਸੀ ਟੇਸਟ ਨਹੀਂ ਬਣਾਊਗਾ, ਇਹਦੇ ਨਾਲ ਕਈ ਚੀਜ਼ਾਂ ਦਾ ਫਾਇਦਾ ਹੋਣਾ ਹੈ। ਇੱਕ ਤਾਂ ਹਾਜ਼ਮਾ ਠੀਕ ਰਹਿਣਾ ਤੇ ਕਬਜ਼ ਨਹੀਂ ਹੋਊਗੀ, ਤੇ ਵੈਸੇ ਵੀ ਇਹਨੇ ਸਰੀਰ ਚੋਂ ਜਿਹੜੀ ਹੈਗੀ ਗਰਮੀ ਵੀ ਕੱਢਣੀ ਹੈ ਜੀ। ਕਿਉਂਕਿ ਘਰ ਦੀ ਰਸੋਈ ਵਿਚੋਂ ਆਪਾਂ ਸ਼ੁਰੂਆਤ ਕਰਦੇ ਹਾਂ ਹਰੇਕ ਚੀਜ਼ ਦੀ, ਜੇ ਰਸੋਈ ਚੋਂ ਆਪਾਂ ਇਹੋ ਜਿਹੀ ਚੀਜ਼ਾਂ ਬਣਾਈਏ ਵੀ ਜਿਹਦੇ ਨਾਲ ਆਪਾਂ ਨੂੰ ਫਾਇਦਾ ਵੀ ਹੋ ਜਾਵੇ ਤੇ ਆਪਣੇ ਕੰਮ ਵੀ ਆ ਜਾਵੇ। ਇਹ ਜਿਹੜਾ ਲੱਸੀ ਦਾ ਮਸਾਲਾ ਦੱਸਿਆ, ਇੱਕ ਵਾਰ ਸਰੋਤੇ ਵਰਤ ਕੇ ਇਹਨੂੰ ਦੱਸਣ ਮੈਨੂੰ ਕਿ ਤੁਹਾਨੂੰ ਕਿਵੇਂ ਲੱਸੀ ਦਾ ਜਿਹੜਾ ਟੇਸਟ ਵਧਿਆ ਤੇ ਕਿਵੇਂ ਉਹਦੇ ਨਾਲ ਤੁਹਾਨੂੰ ਫਾਇਦਾ ਜੀ। ਜੀ, ਕਾਫੀ ਸਰੋਤੇ ਨੇ ਮੈਨੂੰ ਸਰ ਇਹ ਕੁਐਸਚਨ ਕੀਤਾ ਵੀ ਕੋਈ ਲੱਸੀ ਚ ਆਪਾਂ ਜਿਹੜਾ ਮਸਾਲਾ ਬਣਾ ਕੇ ਵਰਤੀਏ ਕਿਵੇਂ ਵਰਤੀਏ। ਇਹ ਲੱਸੀ ਦਾ ਮਸਾਲਾ ਬਹੁਤ ਵਧੀਆ ਫਾਰਮੂਲਾ, ਸਾਰੇ ਨੋਟ ਕਰ ਲੈਣ, ਸਾਰੀਆਂ ਚੀਜ਼ਾਂ ਬੜੇ ਪਿਆਰ ਨਾਲ ਕੱਲੀ ਕੱਲੀ ਚੀਜ਼ ਬਣਾਈ ਆ, ਵਰਤ ਕੇ ਮੈਨੂੰ ਇਹਦਾ ਜ਼ਰੂਰ ਰਿਜ਼ਲਟ ਦੱਸੋ ਜੀ। ਤੇ ਹੁਣ ਦੂਜਾ ਜਿਹੜਾ ਨੁਸਖੇ ਆਪਾਂ ਨੇ ਅੱਗੇ ਗੱਲ ਕਰਨੀ ਆ ਨੁਸਖਿਆਂ ਬਾਰੇ, ਪਰ ਇੱਕ ਚਾਹ ਦੇ ਮਸਾਲੇ ਬਾਰੇ ਕਾਫੀ ਡਿਮਾਂਡ ਆਈ ਆ ਵੀ ਚਾਹ ਦਾ ਮਸਾਲਾ ਆਪਾਂ। ਚਾਹ ਦਾ ਮਸਾਲਾ ਤੁਸੀਂ ਮੈਨੂੰ ਭੇਜਿਆ ਵੀ ਸੀ, ਨੁਸਖੇ ਤਾਂ ਕਈ ਦੱਸੇ ਮੈਨੂੰ, ਉਹ ਤੁਹਾਡੇ ਚਾਹ ਦਾ ਮਸਾਲਾ ਵੀ ਕਾਫੀ ਪਸੰਦ ਕੀਤਾ। ਹਾਂਜੀ, ਇਹੀ ਜਿਹੜਾ ਚਾਹ ਦਾ ਮਸਾਲਾ ਮੈਂ ਹੁਣ ਸਰੋਤਿਆਂ ਨੂੰ ਦੱਸੂਗਾ। ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਹਾਡੇ ਉਹ ਚਾਹ ਦਾ ਟੇਸਟ ਵੀ ਵਧੂਗਾ, ਪਲੱਸ ਤੁਹਾਡਾ ਜਿਹੜਾ ਉਹਦੇ ਵਿੱਚ ਸਰੀਰ ਨੂੰ ਵੀ ਫਾਇਦਾ ਹੋਊਗਾ, ਭਾਵ ਕੋਈ ਬਿਮਾਰੀ ਤੋਂ ਵੀ ਆਪਾਂ ਰਾਹਤ ਪਾਵਾਂਗੇ, ਜਿਵੇਂ ਖਾਂਸੀ ਹੋ ਜਾਂਦੀ ਹੈ ਕਿਸੇ ਨੂੰ ਜਾਂ ਕਿਸੇ ਨੂੰ ਗੈਸ ਬਣਦੀ ਆ ਜਾਂ ਜਿਹਨੂੰ ਕਹਿੰਦੇ ਗਲਾ ਖਰਾਬ ਰਹਿੰਦਾ ਹੈ, ਉਹਨਾਂ ਵਾਸਤੇ ਵੈਸੇ ਵੀ ਇਹਦੇ ਚਾਹ ਦੇ ਮਸਾਲੇ ਨੇ, ਉਧਰ ਵੀ ਗੁਣਕਾਰੀ ਹੋਊਗਾ। ਚੀਜ਼ਾਂ ਕੀਆਂ, ਇੱਕ ਤਾਂ ਦਾਲਚੀਨੀ, ਵਧੀਆ ਦਾਲਚੀਨੀ ਖਰੀਦਿਓ, 50 ਗ੍ਰਾਮ ਆਪਾਂ ਨੂੰ ਚਾਹੀਦੀ ਹੈ ਦਾਲਚੀਨੀ। ਤੇ ਜਾਇਫਲ, ਜਾਇਫਲ ਆਪਾਂ ਨੂੰ 20 ਗ੍ਰਾਮ ਚਾਹੀਦਾ ਜਾਇਫਲ। ਜਾਇਫਲ ਸਾਬਤਾ ਆਪ ਤੁਸੀਂ ਕੁੱਟ ਕੇ ਬਣਾਉਣਾ, ਉਹਦੇ ਪੀਸ ਆ ਜਾਂਦੇ ਆ, ਉਹ ਜਾਇਫਲ ਵਧੀਆ ਲੈ ਲਿਓ। ਜਾਇਫਲ, ਕਾਲੀਆਂ ਮਿਰਚਾਂ ਤੇ ਲੌਂਗ, ਕਾਲੀਆਂ ਮਿਰਚਾਂ, ਲੌਂਗ ਤੇ ਜਾਇਫਲ, ਇਹ ਚਾਹੀਦੇ ਆਪਾਂ ਨੂੰ ਚਾਰੇ ਚੀਜ਼ਾਂ 20-20 ਗ੍ਰਾਮ, ਤਿੰਨੇ ਚੀਜ਼ਾਂ 20-20 ਗ੍ਰਾਮ, ਤੇ ਦਾਲਚੀਨੀ ਹੋ ਗਈ ਆਪਣੀ 50 ਗ੍ਰਾਮ। ਤੇ ਅਗਲੀ ਜਿਹੜੀ ਚੀਜ਼ ਆ, ਬੜੀਆਂ ਇਲਾਇਚੀਆਂ 5 ਗਿਣ ਕੇ ਤੁਸੀਂ 5 ਇਲਾਇਚੀਆਂ ਬੜੀਆਂ ਪਾ ਲੈਣੀਆਂ, ਸਣੇ ਛਿਲਕਾ ਤੇ ਸਣੇ ਬੀਜ ਜੀ, ਪਾਊਡਰ ਬਣਾ ਲਓ ਤੇ ਛੋਟੀ ਇਲਾਇਚੀ, ਸਣੇ ਛਿਲਕਾ ਸਣੇ ਬੀਜ, ਇਹਦੇ ਵੀ ਪਾਊਡਰ ਹੀ ਦਾ ਬਣਾ ਲਓ 50 ਗ੍ਰਾਮ, ਤੇ 50 ਗ੍ਰਾਮ ਪੈਣੀ ਸੁੰਡ ਇਹਦੇ ਵਿਚ ਜੀ, 50 ਗ੍ਰਾਮ ਸੁੰਡ ਤੇ 50 ਗ੍ਰਾਮ ਛੋਟੀਆਂ ਇਲਾਇਚੀਆਂ ਤੇ 5 ਬੜੀਆਂ ਇਲਾਇਚੀਆਂ। ਤੇ ਅੱਗੇ ਜੇ ਹੋ ਸਕੇ ਤੁਲਸੀ ਤੁਹਾਨੂੰ ਮਿਲ ਜਾਵੇ ਵਧੀਆ ਘਰ ਦੀ, ਤੋੜ ਕੇ ਸੁਕਾਈ ਹੋਵੇ, ਸੁਕਾਈ ਹੋਵੇ, ਮੈਂ ਇਹ ਪੁੱਛਣ ਲੱਗਿਆ ਹਰੀ ਤਾਂ ਆਮ ਹੀ ਹੁੰਦੀ ਹੈ। ਹਾਂ ਹਾਂ, ਸੁੱਕੀ ਜੇ ਮਿਲ ਜਾਵੇ ਤਾਂ ਚੰਗੀ ਗੱਲ ਆ ਜੀ, ਆਪਣੀ ਸੁਕਾਈ ਹੋਵੇ ਤਾਂ ਚੰਗੀ ਗੱਲ ਆ, ਜਿਹੜੀ ਮਾਰਕੀਟ ਚ ਮਿਲਦੀ ਆ ਵੈਸੇ ਹੀ ਖਰਾਬ ਹੁੰਦੀ ਆ, ਉਹਦੀ ਕੋਈ ਵਧੀਆ ਚਾਹ ਨੀ ਬਣੂਗੀ। ਕੋਸ਼ਿਸ਼ ਕਰਿਓ ਜੇ ਤੁਹਾਡੇ ਘਰ ਚ ਹੈਗੀ ਤਾਂ ਘਰ ਚ, ਨਹੀਂ ਤਾਂ ਕਿਤੇ ਆਂਢ ਗੁਆਂਢ ਪਿੰਡ ਚ ਕਿਤੇ ਤੁਲਸੀ ਹੋਵੇ ਉੱਥੋਂ ਤੋੜ ਕੇ ਤੁਸੀਂ ਪੱਤੇ ਲਾਓ, ਸੁਕਾ ਲਓ ਤੇ ਫਿਰ ਉਹਦਾ ਪਾਊਡਰ ਬਣਾ ਲਓ, ਉਹ ਚਾਹੀਦਾ ਸਿਰਫ ਆਪਾਂ ਨੂੰ 5 ਗ੍ਰਾਮ। ਦਾਲਚੀਨੀ 50 ਗ੍ਰਾਮ, ਜਾਇਫਲ 20 ਗ੍ਰਾਮ, ਕਾਲੀਆਂ ਮਿਰਚਾਂ 20 ਗ੍ਰਾਮ ਤੇ ਲੌਂਗ 20 ਗ੍ਰਾਮ ਤੇ 5 ਬੜੀਆਂ ਇਲਾਇਚੀਆਂ ਤੇ 50 ਗ੍ਰਾਮ ਛੋਟੀ ਇਲਾਇਚੀ ਦਾ ਬੀਜ, ਸਣੇ ਛਿਲਕਾ ਤੇ 50 ਗ੍ਰਾਮ ਹੋ ਗਈ ਸੁੰਡ ਤੇ 5 ਗ੍ਰਾਮ ਆਪਾਂ ਨੂੰ ਤੁਲਸੀ ਦੇ ਪੱਤੇ ਜਿਹੜੇ ਤੁਸੀਂ ਆਪ ਤੋੜ ਕੇ ਵਰਤੇ ਹੋਣ ਜਾਂ ਸੁਕਾਏ ਹੋਣ, ਇਹ ਸਾਰੀਆਂ ਚੀਜ਼ਾਂ ਤੁਸੀਂ ਮਿਕਸ ਕਰ ਲੈਣੀਆਂ। ਤੇ ਇਹਦੇ ਵਿਚ ਜਿਹੜੀ ਅਖੀਰਲੀ ਆਈਟਮ ਆ ਉਹ ਪਾਉਣੀ ਹੈ ਮਿਸ਼ਰੀ, 100 ਗ੍ਰਾਮ ਮਿਸ਼ਰੀ ਧਾਗੇ ਵਾਲੀ ਹੋਵੇ ਤਾਂ ਚੰਗੀ ਗੱਲ ਆ, 100 ਗ੍ਰਾਮ ਮਿਸ਼ਰੀ ਮਿਲਾ ਕੇ ਇੱਕ ਪਾਊਡਰ ਬਣਾ ਕੇ ਰੱਖ ਲਓ। ਜਦੋਂ ਵੀ ਤੁਸੀਂ ਕਦੇ ਚਾਹ ਬਣਾਉਣੀ ਆ, ਜੇ ਕਿਸੇ ਦਾ ਗਲਾ ਜਾਂ ਖਾਂਸੀ ਜ਼ਿਆਦਾ ਰਹਿੰਦੀ ਆ, ਉਹਦੇ ਚ ਲੱਸੀ ਵੀ 10 ਗ੍ਰਾਮ ਪਾ ਸਕਦਾ, ਜਿਹਨੂੰ ਖਾਂਸੀ ਜਾਂ ਬਲਗਮ ਜਾਂ ਜਿਹਨੂੰ ਕਹਿੰਦੇ ਗਲਾ ਖਰਾਬ ਰਹਿੰਦਾ ਹੈ, ਅਕਸਰ ਛਿੱਕਾਂ ਲੱਗਦੀਆਂ ਰਹਿੰਦੀਆਂ, ਉਹ ਮੁਲੱਠੀ ਵੀ ਇਹਦੇ ਵਿਚ 10 ਗ੍ਰਾਮ ਪਾ ਸਕਦਾ। ਜੇ ਤੁਸੀਂ ਵੈਸੇ ਵੀ ਪਾ ਲਓ ਤਾਂ ਵੀ ਇਹਦਾ ਫਾਇਦਾ ਹੀ ਫਾਇਦਾ। ਇਹ ਸਾਰੀਆਂ ਚੀਜ਼ਾਂ ਤੁਸੀਂ ਪਾਊਡਰ ਬਣਾ ਕੇ ਰੱਖ ਲੈਣਾ, ਚੰਗੀ ਤਰ੍ਹਾਂ ਮਿਕਸ ਕਰਨਾ, ਭਾਵ ਵੀ ਤੁਸੀਂ ਜਦੋਂ ਬਣਾ ਕੇ ਪਾਊਡਰ ਬਣਾ ਲਿਆ ਇਹਨੂੰ ਮਿਕਸ ਚੰਗੀ ਤਰ੍ਹਾਂ ਹੋਣਾ ਚਾਹੀਦਾ, ਜਿਹਦੇ ਨਾਲ ਇਹਦਾ ਪ੍ਰੋਪਰ ਜਿਹੜੇ ਇਹਦੇ ਜਿੰਨੀ ਵੀ ਆਪਣੀ ਚੀਜ਼ਾਂ ਪਾਈਆਂ ਉਹ ਮਿਕਸ ਹੋ ਜਾਣ, ਰਲ ਮਿਲ ਜਾਣ ਜਿਹਨੂੰ ਕਹਿੰਦੇ ਆ। ਤੇ ਜਦੋਂ ਵੀ ਚਾਹ ਬਣਾਉਣੀ ਆ ਤੁਸੀਂ
ਕੋਸ਼ਿਸ਼ ਕਰੋ ਵੀ ਪਹਿਲਾਂ ਥੋੜਾ ਜਿਹਾ ਅਦਰਕ ਤਾਜ਼ਾ ਥੋੜੀ ਜਿਹੀ ਗੰਢੀ ਕੁੱਟ ਕੇ ਉਹ ਪਾ ਲਓ ਤੇ ਪਾਣੀ ਪਾਓ ਜਿੰਨਾ ਕੁ ਤੁਹਾਨੂੰ ਲੋੜੀਂਦਾ ਹੈ ਤੇ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਜਿਹੜਾ ਮੈਂ ਪਾਊਡਰ ਦੱਸਿਆ ਬਹੁਤ ਆ ਚਮਚੇ ਦਾ ਚੌਥਾ ਹਿੱਸਾ ਪਾ ਕੇ ਤੁਸੀਂ ਪਹਿਲਾਂ ਅਦਰਕ ਪਾਇਆ ਪਾਣੀ ਪਾਇਆ ਤੇ ਇਹ ਜਿਹੜਾ ਮਸਾਲਾ ਪਾਇਆ ਤੁਸੀਂ ਇਹਨੂੰ ਥੋੜਾ ਜਿਹਾ ਉਬਾਲੀ ਆਉਣ ਦੋ ਜੇ ਚਾਹ ਦਾ ਤੁਸੀਂ ਟੇਸਟ ਚਾਹੁੰਦੇ ਹੋ ਪੂਰੀ ਜਿਹੜੀ ਆਪਾਂ ਨੇ ਇਹਦੇ ਵਿੱਚ ਆਈਟਮਾਂ ਪਾਈਆਂ ਉਹ ਸਾਰੀਆਂ ਵਿੱਚ ਚੰਗੀ ਤਰ੍ਹਾਂ ਘੁਲ ਜਾਣ ਤਾਂ ਘੱਟੋ ਘੱਟ ਇਹਨੂੰ ਇੱਕ ਦੋ ਵਾਲੀਆਂ ਆਉਣ ਦਿਓ ਫਿਰ ਉਸ ਦੇ ਮਗਰੋਂ ਜਿਵੇਂ ਤੁਸੀਂ ਦੁੱਧ ਪਾਇਆ ਤੇ ਇੱਕ ਦੋ ਵਾਲੀਆਂ ਆਉਣ ਦੋ ਤੇ ਜਦੋਂ ਚੰਗੀ ਤਰ੍ਹਾਂ ਦੁੱਧ ਦੇਖਿਆ ਵੀ ਚਾਹ ਬਣ ਗਈ ਕਾੜਾ ਹੋ ਗਿਆ ਪੂਰਾ ਐਨ ਵਧੀਆ ਘੁਲ ਮਿਲ ਗਈ ਫਿਰ ਉਹ ਤੁਸੀਂ ਚਾਹ ਪੀ ਕੇ ਦੇਖਿਓ ਤੇ ਮੈਨੂੰ ਤੁਸੀਂ 100% ਫੋਨ ਕਰਕੇ ਦੱਸੋਗੇ ਵੀ ਹਾਂ ਜਿਹੜੀ ਚਾਹ ਦਾ ਟੇਸਟ ਤੁਸੀਂ ਅੱਜ ਤੱਕ ਨਹੀਂ ਦੇਖਿਆ ਤੇ ਚਾਹ ਦਾ ਟੇਸਟ ਵੀ ਹੋਊਗਾ ਤੇ ਪਲੱਸ ਤੁਹਾਡਾ ਜਿਹੜਾ ਗਲਾ ਖਾਂਸੀ ਜੁਖਾਮ ਜਾਂ ਕੁਛ ਵੀ ਐਲਰਜੀ ਤੁਹਾਨੂੰ ਰਹਿੰਦੀ ਹੈ ਗਲ ਦੀ ਖਾਂਸੀ ਦੀ ਉਹ ਬਿਲਕੁਲ ਉਹ ਵੀ ਠੀਕ ਹੋਊਗੀ ਚਾਹ ਦਾ ਮਸਾਲੇ ਦਾ ਮਸਾਲਾ ਤੇ ਫਾਇਦੇ ਦਾ ਫਾਇਦਾ ਜੀ ਤੇ ਹੁਣ ਸਰ ਇੱਕ ਕੁਐਸਚਨ ਆਉਂਦਾ ਰਹਿੰਦਾ ਵੀ ਕੈਸਟਰੋਲ ਤੇ ਯੂਰਿਕ ਐਸਿਡ ਮੇਰਾ ਵੱਧਦਾ ਹੈ ਕਈ ਪੇਸ਼ੈਂਟਾਂ ਨੇ ਹਾਂਜੀ ਕਈ ਸਰੋਤਿਆਂ ਨੇ ਇਹ ਕੁਐਸਚਨ ਕੀਤਾ ਬੜਾ ਹੀ ਸੋਹਣਾ ਫਾਰਮੂਲਾ ਹੁਣ ਮੈਂ ਦੱਸਣਾ ਸਾਰੇ ਸਰੋਤੇ ਇਹਨੂੰ ਧਿਆਨ ਨਾਲ ਸੁਣ ਕੈਸਟਰੋਲ ਲਿਪਿਡ ਪ੍ਰੋਫਾਈਲ ਤੁਹਾਡਾ ਵਧਿਆ ਰਹਿੰਦਾ ਤੇ ਯੂਰਿਕ ਐਸਿਡ ਵਧਿਆ ਰਹਿੰਦਾ ਜੋੜ ਦੁਖਦੇ ਰਹਿੰਦੇ ਨੇ ਹੱਥ ਪੈਰ ਫੁੱਲ ਹੁੰਦੇ ਰਹਿੰਦੇ ਨੇ ਬੀ ਪੀ ਹਾਈ ਰਹਿੰਦਾ ਕੈਸਟਰੋਲ ਵਾਰ ਵਾਰ ਸਰੋਤੇ ਆਪਣੇ ਨਾਲ ਦੇ ਜੀ ਆਪਾਂ ਉਹਨਾਂ ਨੂੰ ਸ਼ਾਮਲ ਕਰ ਲਈਏ ਹਾਂਜੀ ਸਵਾਗਤ ਹੈਲੋ ਸੁਖਨਾਇਕ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਵੈਸ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਦਾ ਸਰ ਮਨਦੀਪ ਸਿੰਘ ਜੀ ਮਾਨਸਾ ਤੋਂ ਜੀ ਜੀ ਆਪਣੇ ਇਹਦੇ ਆਪਣੇ ਥਾਇਰਾਇਡ ਬਾਰੇ ਜਾਣਕਾਰੀ ਚਾਹੀਦੀ ਸੀ ਵੀ ਥਾਇਰਾਇਡ ਜਿਆਦਾ ਵਧਿਆ ਪਿਆ ਭਾਰ ਬਹੁਤ ਵਧਣਾ ਸ਼ੁਰੂ ਹੋਇਆ ਹੈ ਵਾਈਫ ਦਾ ਜੀ ਮੇਰੀ ਦਾ ਜੀ ਹਾਂ ਜੀ ਇਹਦੇ ਬਾਰੇ ਜਾਣਕਾਰੀ ਚਾਹੀਦੀ ਸੁਣੋ ਹਾਂਜੀ ਜੀ ਥਾਇਰਾਇਡ ਥਾਇਰਾਇਡ ਦੀ ਪਹਿਲੀ ਗੱਲ ਤਾਂ ਥਾਇਰਾਇਡ ਦੀ ਮੈਂ ਜਿਵੇਂ ਕਈ ਵਾਰੀ ਗੱਲ ਕੀਤੀ ਹੈ ਜਿਵੇਂ ਕਿਸੇ ਦੀ ਬੀ ਪੀ ਦੀ ਗੋਲੀ ਚੱਲਦੀ ਆ ਜਾਂ ਸ਼ੂਗਰ ਦੀ ਗੋਲੀ ਚੱਲਦੀ ਹੈ ਜਾਂ ਥਾਇਰਾਇਡ ਦੀ ਗੋਲੀ ਚੱਲਦੀ ਹੈ ਉਹ ਇੱਕਦਮ ਬੰਦ ਨਹੀਂ ਕਰਨੀ ਥਾਇਰਾਇਡ ਦੀ ਗੋਲੀ ਚਾਹੇ ਜਿਹੜੀ ਵੀ ਚੱਲਦੀ ਆ ਉਹ ਇੱਕਦਮ ਬੰਦ ਨਹੀਂ ਕਰਨੀ ਪਹਿਲੀ ਗੱਲ ਤਾਂ ਇਹ ਧਿਆਨ ਨਾਲ ਸੁਣ ਨੂੰ ਜਿਹੜਾ ਨੁਸਖਾ ਹੈ ਨੁਸਖੇ ਵਿੱਚ ਜਿਹੜੀਆਂ ਚੀਜ਼ਾਂ ਪੈਂਦੀਆਂ ਨੇ ਬਿਲਕੁਲ ਸੇਫ ਨੇ ਤੇ ਆਯੁਰਵੈਦਿਕ ਨੇ ਕਈ ਵਾਰੀ ਆਯੁਰਵੈਦਿਕ ਦਵਾਈ ਥੋੜਾ ਟਾਈਮ ਲੈ ਲੈਂਦੀ ਆ ਠੀਕ ਹੋਣ ਨੂੰ ਥੋੜਾ ਟਾਈਮ ਲੱਗਦਾ ਜ਼ਰੂਰ ਪਰ ਜਿਹੜਾ ਮੈਂ ਫਾਰਮੂਲਾ ਦੱਸੂਗਾ ਇਹ ਮੈਨੂੰ ਪੂਰੀ ਉਮੀਦ ਹੈ ਵੀ ਸੈਰ ਵਿੱਚ ਇਹਨਾਂ ਨੂੰ ਫਾਇਦੇਮੰਦ ਹੋਊਗਾ ਬਾਕੀ ਜੇ ਵਜਨ ਵੱਧਦਾ ਹੈ ਤਾਂ ਪਹਿਲੀ ਗੱਲ ਤਾਂ ਸੈਰ ਜ਼ਰੂਰ ਕਰਨ ਸੈਰ ਕਸਰਤ ਤਾਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਵੀ ਇਹੋ ਜਿਹਾ ਕੰਮ ਆਪਾਂ ਜ਼ਰੂਰ ਕਰੀਏ ਜਿਹਦੇ ਨਾਲ ਆਪਾਂ ਨੂੰ ਪਸੀਨਾ ਆਵੇ ਤੇ ਬਾਕੀ ਖਾਣਾ ਖਾਣ ਤੋਂ ਬਾਅਦ ਸੈਰ ਜ਼ਰੂਰ ਕਰੋ ਬਾਕੀ ਜਿੰਨਾ ਵੀ ਤੁਸੀਂ ਮਿੱਠਾ ਤੇਜ਼ ਖਾਂਦੇ ਹੋ ਜਾਂ ਕੋਈ ਮਠਿਆਈ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ ਉਹ ਬੰਦ ਕਰ ਦੋ ਕੋਈ ਵੀ ਖੱਟੀ ਤਲੀ ਚੀਜ਼ ਕੋਲਡ ਡਰਿੰਕ ਵਗੈਰਾ ਜਿਹਦੇ ਨਾਲ ਮੈਨੂੰ ਵਜਨ ਵੱਧਦਾ ਹੈ ਉਹ ਤੁਹਾਨੂੰ ਬੰਦ ਕਰਨਾ ਕਿਉਂਕਿ ਥਾਇਰਾਇਡ ਤੋਂ ਬਾਅਦ ਵਜਨ ਘਟਣਾ ਜਾਂ ਵਧਣਾ ਆਮ ਗੱਲ ਹੁੰਦੀ ਹੈ ਕੋਈ ਬੰਦਾ ਸੁੱਕੀ ਜਾਂਦਾ ਹੈ ਕੋਈ ਬੰਦਾ ਇਹ ਹੁੰਦਾ ਵੀ ਜਿਹਦਾ ਵਜਨ ਵਧੀ ਹੋ ਜਾਂਦਾ ਥਾਇਰਾਇਡ ਦਾ ਫਾਰਮੂਲਾ ਜਿਹੜਾ ਹੈਗਾ ਉਹ ਸੁਣਿਓ ਧਿਆਨ ਨਾਲ ਕੀ ਆਈਟਮਾਂ ਨੇ ਜੀ ਇੱਕ ਤਾਂ ਸੁੰਡ ਵਧੀਆ ਸੁੰਡ ਲੈਣੀ ਆ ਇੱਕ ਛੋਟੀਆਂ ਮਗਾ ਜੀ ਬੜੀ ਮੱਗ ਵੀ ਆਉਂਦੀ ਹੈ ਛੋਟੀ ਮੱਗ ਵੀ ਆਉਂਦੀ ਆ ਉਹਨਾਂ ਦਾ ਬਸ ਫਰਕ ਇੰਨਾ ਕਿ ਆਕਾਰ ਦਾ ਫਰਕ ਹੁੰਦਾ ਇੱਕ ਛੋਟੀ ਇੱਕ ਬੜੀ ਉਹਦੀ ਸੇਮ ਹੈ ਸੁੰਡ ਮਗਾ ਕਾਲੀਆਂ ਮਿਰਚਾਂ ਤਿੰਨੇ ਚੀਜ਼ਾਂ ਆਪਣੇ 50-50 ਗ੍ਰਾਮ ਲੈਣੀਆਂ ਸੁੰਡ ਮਗਾ ਤੇ ਕਾਲੀਆਂ ਮਿਰਚਾਂ 50-50 ਗ੍ਰਾਮ ਬਿਹੇੜਾ ਇੱਕ ਫਲ ਹੁੰਦਾ ਇਹ ਤਰੀਫੜੇ ਵਿੱਚ ਤਰੀਫੜਾ ਚੂਰ ਉਹਦੇ ਵਿੱਚ ਪਾਇਆ ਜਾਂਦਾ ਇਹ ਬਿਹੇੜਾ 25 ਗ੍ਰਾਮ ਤੇ ਗੁਦੰਤੀ ਭਸਮ ਆਉਂਦੀ ਹੈ ਸਰ ਇੱਕ ਗੁਦੰਤੀ ਭਸਮ ਗੁਦੰਤੀ ਭਸਮ 10 ਗ੍ਰਾਮ ਤੇ ਨਾਲ ਤੁਸੀਂ ਪਰਵਾਲ ਪਿਸਟੀ ਇੱਕ ਪਿਸਟੀ ਬਣੀ ਬਣਾਈ ਆਉਂਦੀ ਹੈ ਇਹ ਪਰਵਾਲ ਪਿਸਟੀ ਕਈ ਕੰਪਨੀਆਂ ਬਣਾਉਂਦੀਆਂ ਤੇ ਇੱਕ 10 ਗ੍ਰਾਮ ਇਹ ਲੈਣੀ ਹੈ ਇੱਕ ਵਾਰ ਮੈਂ ਰਿਪੀਟ ਫੇਰ ਕਰਦਾ ਫਾਰਮੂਲਾ ਸੁੰਡ ਮਗਾ ਤੇ ਕਾਲੀਆਂ ਮਿਰਚਾਂ 50-50 ਗ੍ਰਾਮ ਬਿਹੜਾ 25 ਗ੍ਰਾਮ ਗੁਦੰਤੀ ਭਸਮ 10 ਗ੍ਰਾਮ ਪਰਵਾਲ ਪਿਸਟੀ 10 ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਜਿੰਨੇ ਵੀ ਹੈਗੀਆਂ ਜਿਹੜੀ ਕੁੱਟਣੇ ਵਾਲੀ ਚੀਜ਼ਾਂ ਕੁੱਟ ਲਓ ਪਾਊਡਰ ਬਣਾ ਲਓ ਤੇ ਉਹਦੇ ਵਿੱਚ ਗੁਦੰਤੀ ਭਸਮ ਤੇ ਪਰਵਾਲ ਪਿਸਟੀ ਸਰੋਤੇ ਹੋਰ ਨੇ ਜੀ ਆਪਣੇ ਨਾਲ ਹਾਂਜੀ ਸਵਾਗਤ
ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਆਪਣਾ ਸਾਰੇ ਚੈਨਲ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿਕਾਰ ਜੀ। ਮੇਰਾ ਕੁਐਸਚਨ ਹੈ ਜੀ, ਇੱਕ ਨੋਰਮਲ ਜਿਹਾ ਆਪਣਾ ਕੁਐਸਚਨ ਹੈ, ਜਿਹੜਾ ਬੀ ਪੀ ਆਪਣਾ ਬਲੱਡ ਪ੍ਰੈਸ਼ਰ ਵੱਧਦਾ ਹੈ, ਮਤਲਬ ਕਿ ਮੈਂ ਬੀ ਪੀ ਦੀ ਗੋਲੀ ਖਾਂਦਾ ਜੀ, ਮੇਰੀ ਉਮਰ 40 ਕੁ ਸਾਲ ਹੈ, ਕੋਈ ਕਹਿੰਦਾ 183-120, ਕੋਈ ਕਹਿੰਦਾ ਨਹੀਂ ਜੀ 140-150 ਤੱਕ ਵੀ ਚੱਲ ਸਕਦਾ, ਥੱਲੜਾ 100 ਵੀ ਹੋ ਗਏ ਹਨਾ, ਤੇ ਮਤਲਬ ਕਿ ਅਸਲ ਦੇ ਵਿੱਚ ਇਹਦਾ ਕੀ ਹੈਗਾ ਵੀ ਕਿੰਨਾ ਕੁ ਹੋਣਾ ਚਾਹੀਦਾ ਜਾਂ ਸਾਨੂੰ ਗੋਲੀ ਖਾਣੀ, ਵਿੱਚ ਕਹਿੰਦਾ ਗੋਲੀ ਨਾ ਖਾਓ ਯਾਰ, ਕੋਈ ਕਹਿੰਦਾ ਮੇਰਾ 200 ਵੱਧ ਹੈ, ਮੇਰਾ ਇੱਕ ਤਾਏ ਦਾ ਮੁੰਡਾ ਉਹ ਕਹਿੰਦਾ ਉੱਪਰਲਾ 200 ਰਹਿੰਦਾ, ਥੱਲੜਾ 100-150 ਰਹਿੰਦਾ, ਮੈਂ ਗੋਲੀ ਨੀ ਖਾਂਦਾ ਯਾਰ, ਜਿੱਦੇ ਮਰਨਾ ਮਰ ਜਾਂਗੀ, ਠੀਕ ਹੈ। ਤੇ ਮਤਲਬ ਕਿ ਵੀ ਇਹ ਗੱਲਾਂ ਵੀ ਜੀ ਆਪਾਂ ਜੀ ਮੇਰਾ ਮੈਂ ਗੋਲੀ ਖਾਂਦਾ ਜੀ, 40 ਸਾਲ ਉਮਰ ਹੈ ਮੇਰੀ, ਠੀਕ ਹੈ। ਤੇ ਮਤਲਬ ਕਿ ਬੀ ਪੀ ਦਾ ਆਪਾਂ ਨੂੰ, ਮੈਂ ਸੈਰ ਵੀ ਕਰਦਾ ਜੀ 5-6 ਕਿਲੋਮੀਟਰ ਰੋਜ਼, ਮਤਲਬ ਕਿ ਮੇਰਾ ਬੀ ਪੀ ਜੇ ਬਿਨਾਂ ਗੋਲੀ ਖਾਧੇ ਤੋਂ ਵੀ 150-100 ਰਹਿੰਦਾ, ਮਤਲਬ ਕਿ ਜੇ ਗੋਲੀ ਖਾਵਾਂ ਤਾਂ ਵੀ ਉਨਾ ਹੀ ਰਹਿੰਦਾ, ਜੇ ਗੋਲੀ ਖਾਵਾਂ ਤਾਂ ਵੀ ਉਨਾ ਹੀ ਰਹਿੰਦਾ ਜੀ। ਤੇ ਮਤਲਬ ਕਿ ਬੀ ਪੀ ਦੀ ਇਹ ਵੀ ਆਪਾਂ ਨੂੰ ਇਹਦਾ ਲੇਵਲ ਕੀ ਹੈ ਜਾਂ ਇਹਦਾ ਸਾਨੂੰ ਕਿੰਨਾ ਖਤਰਾ, ਜਾਂ ਬੀ ਪੀ ਨਾਲ ਜਿਹੜੀਆਂ ਕੁਝ ਕੁਝ ਗੱਲਾਂ ਜੁੜੀਆਂ ਵੀ ਆ, ਵੀ ਬੀ ਪੀ ਨਾਲ ਹਾਰਟ ਅਟੈਕ ਹੋ ਜਾਂਦਾ, ਕੁਛ ਕਹਿੰਦੇ ਬੰਦੇ ਨੂੰ ਬੀ ਪੀ ਨਾਲ ਹਾਰਟ ਅਟੈਕ ਦਾ ਕੋਈ ਮਤਲਬ ਨੀ, ਕੁਛ ਬੀ ਪੀ ਵੱਧ ਹਾਰਟ ਅਟੈਕ ਹੋ ਜਾਂਦਾ, ਵੀ ਇਹ ਗੱਲ ਕਹਿੰਦੇ ਤੁਹਾਨੂੰ ਕੌਣ ਹੈ, ਕੋਈ ਡਾਕਟਰ ਕਹਿੰਦਾ ਜਾਂ ਪਿੰਡ ਵਾਲਿਆਂ ਨੇ ਸੁਣੀ ਜਾਂਦੇ ਹੋ? ਜਦੋਂ ਵੀ ਬੀ ਪੀ ਵੱਧਦਾ ਤੁਹਾਡਾ 150 ਪਲੱਸ ਰਹਿੰਦਾ, 160 ਹੋ ਜਾਂਦਾ, 140 ਹੋ ਜਾਂਦਾ ਉੱਪਰਲਾ, ਤੇ ਥੱਲੜਾ ਤੁਹਾਡਾ 90 ਤੋਂ ਉੱਪਰ ਚਲੇ ਜਾਂਦਾ, ਜਿਵੇਂ 95-96-100 ਜਾਂ 110, ਇਹ ਸਾਰਾ ਹੀ ਜਿੰਨਾ ਬੀ ਪੀ ਹੁੰਦਾ ਨਾ ਹਾਈ, ਇਹਦਾ ਖਤਰਾ ਹੀ ਹੁੰਦਾ। ਮੈਂ ਮਤਲਬ ਕਹਿਣ ਦਾ ਭਾਵ ਵੀ ਜਦੋਂ ਵੀ ਬੀ ਪੀ ਹਾਈ ਹੁੰਦਾ ਉਹਨੂੰ ਇਗਨੋਰ ਨਾ ਕਰੋ, ਪਹਿਲੀ ਗੱਲ। ਬਾਕੀ ਤਰਕ ਬੜੇ ਨੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਕਿਉਂਕਿ ਯੂਟਿਊਬ ਨੇ ਇੰਨੇ ਡਾਕਟਰ ਬਣਾ ਤੇ, ਨਵੇਂ ਨਵਾਂ ਫਾਰਮੂਲਾ ਉੱਥੇ ਆਪਾਂ ਮਿਲਣ ਨੂੰ ਮਿਲਦਾ, ਜਿਵੇਂ ਯੂਟਿਊਬ ਤੇ ਲੋਕ ਦੇਖਦੇ ਨੇ ਉਵੇਂ ਹੀ ਖੁੰਡ ਚਰਚਾ ਬਣ ਜਾਂਦੀ, ਸਾਫ਼ ਜੀ ਗੱਲ ਆ। ਹੁਣ ਜੇ ਤੁਹਾਡਾ ਬੀ ਪੀ ਵੱਧ ਹੈ ਤਾਂ ਉਹਦੇ ਨਾਲ ਕਈ ਕਾਰਨ ਜੁੜੇ ਨੇ, ਤੁਹਾਡਾ ਐਸਰ ਵੀ ਹੋ ਸਕਦਾ ਸਰੀਰ, ਥੋੜਾ ਤੇਜ਼ਾਬ ਵੀ ਬਣ ਸਕਦਾ, ਟੈਸਟੋਸਟਰੋਨ ਵੀ ਵੱਧ ਸਕਦਾ, ਹਾਰਟ ਦੀ ਵੀ ਕੋਈ ਸਮੱਸਿਆ ਹੋ ਸਕਦੀ ਆ, ਕਈ ਕਾਰਨ ਜੁੜੇ ਹੁੰਦੇ ਨੇ। ਪਰ ਜਿਹੜੀ ਗੋਲੀ ਆ ਬੀ ਪੀ ਦੀ ਗੋਲੀ ਕੋਈ ਵੀ ਆ, ਉਹ ਇੱਕਦਮ ਛੱਡਣੀ ਚੰਗੀ ਨਹੀਂ ਹੁੰਦੀ, ਕਿਉਂਕਿ ਜਦੋਂ ਪ੍ਰੈਸ਼ਰ ਵੱਧ ਜਾਂਦਾ ਬਹੁਤ ਜ਼ਿਆਦਾ, ਹੱਦ ਨਾਲੋਂ ਵੱਧ ਜਾਂਦਾ, ਫਿਰ ਹਾਰਟ ਅਟੈਕ ਜਾਂ ਪੈਰਾਲਾਈਜ, ਲੱਕਬਾਜ਼ੀ ਨੂੰ ਕਹਿੰਦੇ ਮੂੰਹ ਵਿੰਗਾ ਹੋਣ ਦੇ ਕਈ ਚਾਂਸ ਨਾਲ ਜੁੜ ਸਕਦੇ ਨੇ। ਕਦੇ ਵੀ ਬੀ ਪੀ ਹਾਈ ਨੂੰ ਮਤਲਬ ਨਾਰਮਲ ਨਹੀਂ ਰਹਿਣਾ ਚਾਹੀਦਾ, ਜਦੋਂ ਬੀ ਪੀ ਹਾਈ ਹੁੰਦਾ ਇਹ ਵੀ ਆਪਾਂ ਗੋਲੀ ਛੱਡ ਕੇ ਬਹਿ ਗਈ, ਕਿਸੇ ਨੇ ਕਹਿ ਤਾ ਵੀ ਗੋਲੀ ਲੱਗ ਜਾਣੀ ਆ, ਇਹ ਕਈ ਇਹ ਵੀ ਚਰਚਾ ਹੈਗੀ ਜੇ ਤੁਹਾਨੂੰ ਇੱਕ ਵਾਰ ਗੋਲੀ ਲੱਗ ਗਈ ਤਾਂ ਛੁੱਟਣੀ ਨੀ ਹੈਗੀ। ਇਹ ਸਾਰੀਆਂ ਜਿਹੜੀਆਂ ਗੱਲਾਂ ਹੈ ਮਤਲਬ ਸੁਣੀਆਂ ਸੁਣਾਈਆਂ ਗੱਲਾਂ, ਇਹਨਾਂ ਪਰ ਧਿਆਨ ਨਾ ਦਿਓ। ਬੀ ਪੀ ਜਦੋਂ ਤੁਹਾਡਾ ਵੱਧਦਾ ਤਾਂ ਦਾ ਭਾਵ 150 ਤੇ ਉੱਪਰ ਚਲੇ ਜਾਂਦਾ, ਤਾਂ ਉਦੋਂ ਗੌਰ ਕਰੋ 140 ਤੇ। ਉਮਰ ਮੁਤਾਬਕ ਆ, ਜਿਵੇਂ ਉਮਰ ਵੱਧਦੀ ਆ ਉਸ ਹਿਸਾਬ ਨਾਲ ਬੀ ਪੀ ਦਾ ਵੀ ਲੈਵਲ ਹੁੰਦਾ। ਜਦੋਂ ਵੀ ਬੀ ਪੀ ਹਾਈ ਹੁੰਦਾ, ਮੰਨ ਕੇ ਛੋਟੀ ਜਿਹੀ ਮੈਂ ਉਦਾਹਰਣ ਦਿੰਦਾ, ਬੀ ਪੀ ਜੇ ਨਿਚਲਾ ਤੁਹਾਡਾ 90 ਤੇ ਉੱਪਰ ਰਹਿੰਦਾ, 92-94-96-100, ਤਾਂ ਉਹ ਤੁਹਾਡੇ ਵਾਸਤੇ ਠੀਕ ਨੀ ਹੈਗਾ, ਬੀ ਪੀ ਨਾਰਮਲ ਰੱਖਣਾ ਤੁਹਾਨੂੰ ਜ਼ਰੂਰੀ ਆ। ਹੁਣ ਜੇ ਤਾਂ ਕੈਸਟਰੋਲ ਵੱਧ ਹੈ ਤੁਹਾਡਾ, ਤਾਂ ਉੱਥੇ ਤੁਸੀਂ ਜਿੰਨੀ ਵੀ ਡਰਾਈ ਫਰੂਟ, ਖੱਟਾ ਜਿਹੜਾ ਖੱਟੀ ਤਲੀ ਚੀਜ਼ ਆ, ਨਮਕ ਵਗੈਰਾ ਸਾਰਾ ਤੁਹਾਨੂੰ ਛੱਡਣਾ ਪੈਣਾ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰਨਾ ਪੈਣਾ। ਤੇ ਮੈਂ ਕਈ ਵਾਰ ਫਾਰਮੂਲਾ ਵੀ ਦੱਸਿਆ, ਹੋ ਸਕੇ ਤਾਂ ਨਾਲ ਇਹ ਫਾਰਮੂਲਾ ਐਡ ਕਰ ਲਿਓ, ਬੀ ਪੀ ਦੀ ਗੋਲੀ ਇੱਕਦਮ ਨਹੀਂ ਛੱਡਣੀ, ਹੌਲੀ ਹੌਲੀ ਕਰਕੇ ਤੁਸੀਂ ਬੀ ਪੀ ਦੀ ਦਵਾਈ ਤੋਂ ਛੁਟਕਾਰਾ ਪਾ ਸਕਦੇ। ਗੱਲ ਕੀ ਆ ਉਹਦੇ ਵਿੱਚ ਕੀ ਆ, ਜੇ ਬੀ ਪੀ ਤੁਹਾਡਾ ਤੇ ਤੁਸੀਂ 40+ ਹੋ, ਉਦੋਂ ਤੁਸੀਂ ਕੀ ਕਰਨਾ, ਇੱਕ ਸਰਫ ਗੰਦਾ ਟੈਬਲੇਟ ਆਉਂਦੀ ਹੈ, ਸਰਫ ਗੰਦਾ ਬੱਟੀ, ਤੁਸੀਂ 2 ਸਵੇਰੇ ਤੇ 2 ਸ਼ਾਮ ਨੂੰ ਉਹ ਲੈਣੀ ਹੈ, ਤੇ ਨਾਲ ਇੱਕ ਐਡ ਕਰਨਾ 5 ਤੁਲਸੀ ਅਰਕ, ਡਰੋਪ ਆਉਂਦਾ 5 ml ਦਾ ਡਰੋਪ ਆਉਂਦਾ, ਉਹਦੇ ਚ ਕੀ ਹੁੰਦਾ 5 ਤੁਲਸੀਆਂ ਦਾ ਅਰਕ ਹੁੰਦਾ। ਹੁਣ ਜਿਹੜੀ 5 ਤੁਲਸੀ ਅਰਕ ਆ ਉਹਦਾ ਮਤਲਬ ਹੁੰਦਾ ਇਹਨਾਂ ਦੇ ਸਰੀਰ ਵਿੱਚੋਂ ਜਿੰਨਾ ਵੀ ਫਾਲਤੂ ਜਿਹਨੂੰ ਕਹਿੰਦੇ ਵੀ ਚਰਬੀ ਆ ਉਹ ਕੱਢਣੀ ਆ, ਹਾਜ਼ਮਾ ਠੀਕ ਕਰਨਾ, ਤੁਹਾਡਾ ਪੇਟ ਦਾ ਸਿਸਟਮ ਠੀਕ ਕਰਨਾ, ਕੈਸਟਰੋਲ ਵਧਿਆ ਉਹ ਲੈਵਲ ਚ ਲਿਆਉਣਾ, ਇਮਿਊਨਿਟੀ ਤੁਹਾਡੀ ਮਤਲਬ ਡਾਊਨ ਆ ਤਾਂ ਉਹ ਸੈੱਟ ਕਰਨੀ। 5 ਤੁਲਸੀ ਦਾ ਅਰਕ ਹੁੰਦਾ ਵੀ ਉਹਨੇ ਸਰੀਰ ਨੂੰ ਡੀਟੌਕਸ ਕਰਨਾ। ਹੁਣ ਜਦੋਂ ਬੀ ਪੀ ਹਾਈ ਹੁੰਦਾ ਉਹਦਾ ਮਤਲਬ ਹੁੰਦਾ ਵੀ ਥੋੜਾ ਜਿਹੜਾ ਤੁਹਾਡਾ ਸਰੀਰ ਦੀ ਤਪਸਾ ਗਰਮੀ ਆ ਉਹ ਵੱਧ ਗਈ, ਉਦੋਂ ਤੁਸੀਂ ਕੀ ਕਰਨਾ ਹੈ ਵੀ ਘੱਟੋ ਘੱਟ ਠੰਡੀਆਂ ਚੀਜ਼ਾਂ ਖਾਓ, ਵੱਧ ਤੋਂ ਵੱਧ ਫਾਇਦੇਮੰਦ ਵੀ ਪਾਣੀ ਪੀਓ, ਠੰਡੀਆਂ ਚੀਜ਼ਾਂ ਖਾਓ, ਗਰਮ ਚੀਜ਼ਾਂ ਦਾ ਆਪਾਂ ਪਰਹੇਜ਼ ਰੱਖਿਓ, ਜਿਵੇਂ ਆਪਾਂ ਦੇਸੀ ਘੀ ਖਾਈ ਜਾਂਦੇ ਅੰਨੇ ਵਾ,
ਜਾਂ ਫਿਰ ਮਲਾਈ ਵਰਤੀ ਜਾਂਦੀ ਆ, ਦੁੱਧ ਜ਼ਿਆਦਾ ਪੀਂਦੇ ਆ, ਉਹਨੂੰ ਹਜ਼ਮ ਆਪਾਂ ਕਰਦੇ ਨੇ। ਪਹਿਲੀ ਗੱਲ ਤਾਂ ਵੀ ਜਿਹੜੀ ਆਪਣੀ ਦਾ ਆਪਣਾ ਸਿਸਟਮ ਆ ਉਹ ਸਹੀ ਕਰੋ, ਰਹਿਣ ਸਹਿਣ ਖਾਣਾ ਪੀਣਾ ਉਹ ਲੈਵਲ ਚ ਲਿਆਓ, ਫਰੂਟ ਜੂਸ ਜ਼ਿਆਦਾ ਪੀਓ, ਇਹ ਜ਼ਰੂਰੀ ਆ। ਤੇ ਬਾਕੀ ਜਿਹੜਾ ਮੈਂ ਦੱਸਿਆ, ਇੱਕ ਤਾਂ 5 ਤੁਲਸੀ ਅਰਕ 3 ਬੂੰਦਾ ਥੋੜੇ ਪਾਣੀ ਵਿੱਚ ਪਾ ਕੇ ਸਵੇਰੇ ਤੇ 3 ਬੂੰਦਾ ਸ਼ਾਮ ਨੂੰ, ਤੇ ਦੂਜਾ ਇੱਕ ਹੋਰ ਕਰਨਾ, ਬੜੀ ਇਲਾਇਚੀ ਜਿਹੜੀ ਹੁੰਦੀ ਹੈ, ਬੜੀ ਇਲਾਇਚੀ ਤੁਸੀਂ 5 ਬੜੀਆਂ ਇਲਾਇਚੀਆਂ ਲੈ ਲਓ ਤੇ ਉਹਨੂੰ ਤਵੇ ਪਰ ਹਲਕਾ ਹਲਕਾ ਫਰਾਈ ਕਰ ਲਓ। ਫਰਾਈ ਕਰਨ ਤੋਂ ਬਾਅਦ ਉਹਦਾ ਪਾਊਡਰ ਬਣਾ ਲਓ, ਪਾਊਡਰ ਬਣਾ ਕੇ ਅੱਧਾ ਚਮਚਾ ਥੋੜੇ ਸ਼ਹਿਦ ਨਾਲ ਸਵੇਰੇ ਤੇ ਸ਼ਾਮ ਨੂੰ, ਤੇ ਨਾਲ ਜਿਹੜੀ 5 ਤੁਲਸੀ ਅਰਕ ਦੱਸਿਆ ਤੇ ਲਗਾਤਾਰ ਤੁਸੀਂ ਮਹੀਨਾ ਕੁ ਵਰਤ ਕੇ ਦੇਖ ਲਓ, ਹੌਲੀ ਹੌਲੀ ਹੋ ਸਕਦਾ ਵੀ ਤੁਹਾਡੀ ਗੋਲੀ ਵੀ ਛੁੱਟ ਜਾਵੇ। ਪਰ ਜੇ ਉਮਰ ਜ਼ਿਆਦਾ ਹੈ, 40-45 ਸਾਲ ਦੀ ਉਮਰ ਆ, ਤਾਂ ਸਰਪ ਗੰਦਾ ਵੱਟੀ ਗੋਲੀ ਨਾਲ ਜ਼ਰੂਰ ਲੈਣੀ ਪੈਣੀ ਹੈ, 2 ਸਵੇਰੇ ਤੇ 2 ਗੋਲੀਆਂ ਸ਼ਾਮ ਨੂੰ। ਜਿਹੜੀਆਂ ਆਸੇ ਪਾਸੇ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਆਪਾਂ ਨਾ ਸੁਣੀ, ਕਿਉਂਕਿ ਇਹ ਆਪਣੇ ਵਾਸਤੇ ਘਾਤਕ ਵੀ ਸਾਬਤ ਹੋ ਸਕਦਾ। ਸਹੀ ਗੱਲ ਹੈ ਜੀ, ਪਿੰਡ ਵਾਲੀ ਸੱਥ ਜਾਂ ਕਿਤੇ ਪਬਲਿਕ ਪਲੇਸ ਦੇ ਉੱਤੇ ਕੋਈ ਵੀ ਸੁਣੀ ਸੁਣਾਈ ਗੱਲ ਦੇ ਉੱਤੇ ਦਵਾਈ ਦੇ ਮਾਮਲੇ ਦੇ ਉੱਤੇ ਯਕੀਨ ਨਾ ਕਰੋ। ਜਿੱਥੇ ਕਹਿੰਦੇ ਕਿ ਇਹਦੇ ਨਾਲ ਕੁਛ ਨਹੀਂ ਹੁੰਦਾ, ਜਿੱਥੇ ਕਹਿਣਗੇ ਕਿ ਕੁਛ ਹੋ ਸਕਦਾ, ਉਹ ਤਾਂ ਬੇਸ਼ੱਕ ਮੰਨ ਲਓ। ਕਿ ਜੀ ਕੁਛ ਲੋਕ ਕਹਿਣਗੇ ਜੀ ਫਲਾਣੇ ਨੂੰ ਕੈਂਸਰ ਸੀ, ਡਾਕਟਰ ਨੇ ਕਹਿਤਾ ਵੀ ਕੈਂਸਰ ਹੈ, ਤੇ ਬਹਿ ਜੀ ਉਹ ਨਾ ਫਿਰ ਦੱਸ ਦਿੰਦਾ ਕਿ ਬਸ ਪਊਆ ਲਾਉਣ ਲੱਗ ਗਿਆ, ਚਿਕਨ ਖਾ ਲਿਆ ਕਰੇ ਵੀ ਮਰਤਾ ਜਾਣਾ ਹੀ ਆ, ਫਿਰ ਤੁਹਾਡੇ ਠੀਕ ਹੋ ਗਿਆ। ਇਹੋ ਜਿਹੀਆਂ ਗੱਲਾਂ ਅਗਲਿਆਂ ਨੇ ਆਪ ਪੀਣ ਦਾ ਮਾਹੌਲ ਜਿਹਾ ਬਣਾਉਣ ਵਾਸਤੇ ਨਾ ਦੂਜਿਆਂ ਦੇ ਵਾਸਤੇ ਉਹੀ ਸੁਣੀਆਂ ਸੁਣਾਈਆਂ ਹੁੰਦੀਆਂ, ਉਹੀ ਗਾਂਹ ਦੀ ਗਾਂਹ ਡਿਲੀਵਰ ਕਰੀ ਜਾਂਦੇ ਆ। ਹਾਂਜੀ ਬਿਲਕੁਲ, ਦੇਖੋ ਇਗਨੋਰ ਕਿਸੇ ਮਤਲਬ ਸਿਹਤ ਦਾ ਮਾਮਲੇ ਵਿੱਚ ਤਾਂ ਬਿਲਕੁਲ ਵੀ ਇਗਨੋਰ ਨਹੀਂ ਹੋਣਾ ਚਾਹੀਦਾ ਜੀ। ਅੰਨੇਵਾਹ ਤੁਸੀਂ ਕੋਈ ਨੁਸਖੇ ਵਰਤੀ ਜਾਵੋਗੇ, ਡਾਕਟਰ ਬਦਲੀ ਜਾਵੋਗੇ, ਕਿਸੇ ਡਾਕਟਰ ਨੇ ਕਹਿੰਦਾ ਜੀ ਮੇਰੀ ਇਸ ਕੁੜੀ ਨਾਲ ਆਰਾਮ ਆ ਜਾਣਾ, ਇਹੋ ਕਦੇ ਵੀ ਨਹੀਂ ਹੁੰਦਾ। ਹਰੇਕ ਬਿਮਾਰੀ ਨੇ, ਜੇ ਤੁਹਾਨੂੰ ਬਿਮਾਰੀ ਕੋਈ ਆਈ ਆ, ਉਹਨੇ ਟੈਗ ਵੀ ਲੈਣਾ, ਤੇ ਇਹਦੇ ਵਿੱਚ ਤੁਹਾਡਾ ਜਿਹੜਾ ਖਾਣ ਪੀਣ ਉਹ ਵੀ ਸੈੱਟ ਕਰਨਾ ਪੈਣਾ, ਦਿਮਾਗ ਮਾਨਸਿਕ ਸਥਿਤੀ ਵੀ ਤੁਹਾਨੂੰ ਸੈੱਟ ਰੱਖਣੀ ਪੈਣੀ ਆ। ਜਦੋਂ ਆਪਣੀ ਮਾਨਸਿਕ ਸਥਿਤੀ ਵਿਗੜਦੀ ਆ, ਭਾਵ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਪਰ ਐਤਵਾਰ ਜ਼ਿਆਦਾ ਕਰਦੇ ਹਾਂ, ਉਦੋਂ ਬਿਮਾਰੀ ਕੋਈ ਵੀ ਘਾਤਕ ਰੂਪ ਲੈਂਦੀ, ਸਿੱਧੀ ਜੀ ਗੱਲ। ਤੇ ਹੁਣ ਥਾਇਰਾਇਡ ਦਾ ਜਿਹੜਾ ਫਾਰਮੂਲਾ ਸੀ ਮੈਂ ਦੱਸਿਆ ਵੀ ਥਾਇਰਾਇਡ ਜਿਹਨਾਂ ਨੂੰ ਥਾਇਰਾਇਡ ਆ, ਸੁੰਢ, ਮਗਾਂ, ਕਾਲੀਆਂ ਮਿਰਚਾਂ 50-50 ਗ੍ਰਾਮ, ਤੇ ਬਿਹੜਾ 25 ਗ੍ਰਾਮ, ਗੁਦੰਤੀ ਭਸਮ 10 ਗ੍ਰਾਮ, ਪਰਵਾਲ ਪਿਸਤੀ 10 ਗ੍ਰਾਮ, ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਆਪਾਂ ਨੇ ਚਮਚੇ ਦਾ ਚੌਥਾ ਹਿੱਸਾ ਸ਼ਹਿਦ ਨਾਲ ਸਵੇਰੇ ਸ਼ਾਮ ਲੈਣਾ, ਤੇ ਇਹਦੇ ਨਾਲ ਜਿਹੜਾ ਥਾਇਰਾਇਡ ਦਾ ਕੰਟਰੋਲ ਹੋਊਗਾ। ਜਿਹਨਾਂ ਨੇ ਮੈਨੂੰ ਥਾਇਰਾਇਡ ਦਾ ਕੁਐਸਚਨ ਕੀਤਾ ਸੀ, ਤੇ ਬਾਕੀ ਪਰਹੇਜ ਸਾਰੇ ਕਰਨੇ ਪਏ। ਤੇ ਹੁਣ ਆਪਾਂ ਗੱਲ ਕਰ ਰਹੇ ਸੀ ਸਰ ਕੈਸਟਰੋਲ ਤੇ ਯੂਰਿਕ ਐਸਿਡ, ਤੇ ਜਿਹਨਾਂ ਨੂੰ ਕੈਸਟਰੋਲ ਵੱਧਦਾ, ਜਿਹਨਾਂ ਦਾ ਯੂਰਿਕ ਐਸਿਡ ਰਹਿੰਦਾ, ਯੂਰਿਕ ਐਸਿਡ ਦੀ ਸਿੱਧੀ ਪਹਿਚਾਣ ਆ ਵੀ ਜੋੜ ਜਿਹੜੇ ਹੁੰਦੇ ਆਪਣੇ ਉਂਗਲੀਆਂ ਦੇ, ਚਾਹੇ ਪੈਰਾਂ ਦੀ ਉਂਗਲੀਆਂ, ਚਾਹੇ ਗੁੱਟ ਨੇ, ਚਾਹੇ ਜੋੜ ਨੇ, ਜਿੱਥੇ ਵੀ ਜੁਆਇੰਟ ਹੈਗਾ ਉੱਥੇ ਸੋਜ ਆਉਂਦੀ ਆ, ਦਰਦ ਰਹਿਣਾ ਸ਼ੁਰੂ ਹੋ ਜਾਂਦਾ। ਜਿਹੜੀ ਕੈਸਟਰੋਲ ਦੀ ਪਹਿਚਾਣ ਆ ਉਹ ਕੀ ਆ, ਆਪਾਂ ਨੂੰ ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ, ਆਪਣਾ ਬੀਪੀ ਵਧੀਆ ਰਹਿੰਦਾ, ਕਦੇ ਆਪਣੀ ਉਂਗਲੀ ਸੁੰਨ ਹੋਗੀ, ਕਦੇ ਪੈਰ ਦੀ ਉਂਗਲ ਸੁੰਨ ਹੋਗੀ, ਇਹ ਮਤਲਬ ਸਿੱਧੇ ਜਿਹੜੇ ਸਿਮਟਮ ਨੇ ਕੈਸਟਰੋਲ ਦੇ ਤੇ ਯੂਰਿਕ ਐਸਿਡ। ਹੁਣ ਜਿਹਨਾਂ ਨੂੰ ਯੂਰਿਕ ਐਸਿਡ ਤੇ ਪਲੱਸ ਕੈਸਟਰੋਲ ਵੀ ਇਕੱਠਾ ਰਹਿੰਦਾ, ਤੇ ਉਹਨਾਂ ਵਾਸਤੇ ਜਿਹੜਾ ਇਹ ਫਾਰਮੂਲਾ ਬਹੁਤ ਹੀ ਵਧੀਆ ਫਾਰਮੂਲਾ, ਇਹ ਫਾਰਮੂਲਾ ਨੋਟ ਕਰ ਲਓ ਕਿਉਂਕਿ ਬਹੁਤ ਵਾਰੀ ਕੁਐਸਚਨ ਆਇਆ। ਹੁਣ ਮੈਂ ਇਹਦਾ ਜਿਹੜਾ ਫਾਰਮੂਲਾ ਤੁਹਾਨੂੰ ਬੜੀ ਆਰਾਮ ਨਾਲ ਚੀਜ਼ਾਂ ਗਣਾਉਂਦਾ, ਸਾਰੀਆਂ ਨੋਟ ਕਰ ਲਓ ਜੀ। ਕਾਲੀ ਮਿਰਚ 125 ਗ੍ਰਾਮ, ਜਿੰਨੀ ਮੈਂ ਡੋਜ ਦੱਸਦਾ ਉਨੀ ਓ ਵਰਤਣੀ ਹੈ, ਕਿਉਂਕਿ ਸਾਰੇ ਦਾ ਕੰਬੀਨੇਸ਼ਨ ਬਣਾ ਕੇ ਆਪਾਂ ਨੇ ਫਾਰਮੂਲਾ ਦੱਸਣਾ ਹੁੰਦਾ। ਵੱਧ ਘੱਟ ਨਹੀਂ ਹੈ ਵੀ ਕਾਲੀਆਂ ਮਿਰਚਾਂ ਜ਼ਿਆਦਾ ਪਾ ਲਈਆਂ, ਇਹ ਕਿਹੜਾ ਖਰਾਬ ਕਰਦੀਆਂ, ਇਹ ਨਹੀਂ ਕਰਦੀ। ਕਾਲੀਆਂ ਮਿਰਚਾਂ 125 ਗ੍ਰਾਮ, ਨਰਕ ਚੂਰ ਇੱਕ ਜੜੀ ਬੂਟੀ ਦੀ, ਇਹ ਜੜੀ ਬੂਟੀ ਹੈ ਉਹਦੀ ਜੜ ਹੁੰਦੀ ਹੈ ਨਰਕ ਚੂਰ। ਨਰਕ ਚੂਰ ਜਿਹਨੇ ਪਹਿਲੀ ਵਾਰ ਨਾਮ ਸੁਣਿਆ ਉਹ ਨੋਟ ਕਰ ਲੈਣਗੇ, ਸੰਸਾਰੀਆਂ ਚ ਆਪਾਂ ਨੂੰ ਮਿਲਣੀ। ਨਰਕ ਚੂਰ 65 ਗ੍ਰਾਮ, ਦੇਸੀ ਅਜਵੈਣ ਤੇ ਸੋਏ, ਦੇਸੀ ਅਜਵੈਣ ਤੇ ਸੋਏ 65 ਗ੍ਰਾਮ ਇਹ ਆਪਣੇ ਕੋਲ, ਤੇ ਇਹਦੇ ਵਿੱਚ ਨਸਾਦਰ 25 ਗ੍ਰਾਮ, ਕਾਲੀਆਂ ਮਿਰਚਾਂ 125 ਗ੍ਰਾਮ ਹੋ ਗਈਆਂ, ਨਰਕ ਚੂਰ 65 ਗ੍ਰਾਮ, ਦੇਸੀ ਅਜਵੈਣ 65 ਗ੍ਰਾਮ, ਸੋਏ 65 ਗ੍ਰਾਮ ਤੇ ਨਸਾਦਰ 25 ਗ੍ਰਾਮ। ਇਹ ਸਾਰੀਆਂ ਚੀਜ਼ਾਂ ਆਪਾਂ ਨੇ ਬਰੀਕ ਕਰ ਲੈਣੀਆਂ, ਪਾਊਡਰ ਬਣਾ ਲੈਣੀ, ਤੇ ਕਿਸੇ ਵੀ ਕੱਚ ਦੇ ਭਾਂਡੇ ਵਿੱਚ ਇਹਨੂੰ ਸਾਂਭ ਕੇ ਰੱਖ ਲਓ, ਜਿਹਦਾ ਢੱਕਣ ਟਾਇਟ ਹੋਵੇ, ਕਿਉਂਕਿ ਦਵਾਈ ਦਾ ਜੇ ਢੱਕਣ ਥੋੜਾ ਲੂਜ਼ ਰਹਿ ਗਿਆ ਤਾਂ ਦਵਾਈ ਖਰਾਬ ਹੋ ਜਾਂਦੀ। ਤੇ ਇਹ ਤੁਸੀਂ ਸਾਂਭ ਕੇ ਰੱਖਣੀ ਆ, ਸਿਰਫ 2-2 ਗ੍ਰਾਮ ਸਵੇਰੇ ਸ਼ਾਮ ਸ਼ਹਿਦ ਨਾਲ ਜਾਂ ਗਰਮ ਪਾਣੀ, ਜੋ ਤੁਹਾਨੂੰ ਠੀਕ ਲੱਗਦਾ।
2 ਗ੍ਰਾਮ ਸਵੇਰੇ ਤੇ 2 ਗ੍ਰਾਮ ਸ਼ਾਮ ਨੂੰ। ਹੁਣ 2 ਗ੍ਰਾਮ ਦਾ ਤੁਸੀਂ ਆਈਡੀਆ ਕੀ ਲੈਣਾ ਹੈ ਵੀ ਤੁਸੀਂ ਚਮਚੇ ਦਾ ਚੌਥਾ ਹਿੱਸਾ ਸਮਝੋ, 2 ਗ੍ਰਾਮ ਦੀ ਡੋਜ਼ ਬਣ ਜਾਂਦੀ ਹੈ ਚਮਚੇ ਦਾ ਚੌਥਾ ਹਿੱਸਾ, ਵੱਧ ਘੱਟ ਹੋ ਜਾਵੇ ਕੋਈ ਗੱਲ ਨੀ ਪਰ ਐ ਨੀ ਵੀ ਅੱਧਾ ਚਮਚਾ ਕਰ ਲੈਣਾ। ਸਵੇਰੇ ਸ਼ਾਮ ਨੂੰ ਸ਼ਹਿਦ ਨਾਲ ਲੈ ਲਓ ਚਾਹੇ ਤੁਸੀਂ ਗਰਮ ਪਾਣੀ ਨਾਲ ਲਗਾਤਾਰ ਤੁਸੀਂ ਇਹਨੂੰ ਮਹੀਨਾ ਕੁ ਵਰਤ ਕੇ ਦੇਖੋ, ਜਦੋਂ ਤੁਹਾਨੂੰ ਲੱਗਿਆ ਵੀ ਕੈਸਟਰੋਲ ਤੇ ਯੂਰਿਕ ਐਸਿਡ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਜਿਹੜੀ ਵੀ ਤੁਸੀਂ ਗੋਲੀ ਖਾਂਦੇ ਹੋ ਯੂਰਿਕ ਐਸਿਡ ਦੀ ਗੋਲੀ, ਜਿਵੇਂ ਯੂਰਿਕ ਐਸਿਡ ਕਈ ਤਰ੍ਹਾਂ ਜੈਲੋਰਿਕ ਟੈਬਲੇਟ ਅੱਜ ਕੱਲ੍ਹ ਜ਼ਿਆਦਾ ਲੋਕ ਖਾਂਦੇ ਹੋ, ਹੌਲੀ ਹੌਲੀ ਉਹ ਬੰਦ ਕਰੋ। ਜਿਵੇਂ ਕੈਸਟਰੋਲ ਦੀ ਕੋਈ ਦਵਾਈ ਚੱਲਦੀ ਹੈ ਡਾਕਟਰ ਨੇ ਕਿਸੇ ਨੇ ਲਾਈ ਹੋਈ ਹੈ, ਉਹਨਾਂ ਨੂੰ ਹੌਲੀ ਹੌਲੀ ਬੰਦ ਕਰ ਦੋ। ਜਦੋਂ ਤੁਹਾਨੂੰ ਲੱਗਿਆ ਵੀ ਮਹੀਨੇ ਚ ਫਾਇਦਾ ਦਿਖਦਾ ਹੈ ਤੇ ਤੁਸੀਂ ਇਹਨੂੰ ਰਿਪੀਟਲੀ 3 ਮਹੀਨੇ ਵਰਤੋ ਤੇ ਬਾਕੀ ਅੱਗੇ ਨੂੰ ਜਿਹੜਾ ਖਾਣ ਪੀਣ ਦਾ ਢੰਗ ਆ ਜਿਹਨਾਂ ਨਾਲ ਯੂਰਿਕ ਐਸਿਡ ਵੱਧਦਾ ਹੈ ਜਾਂ ਕੈਸਟਰੋਲ ਵੱਧਦਾ ਹੈ ਉਹ ਚੀਜ਼ਾਂ ਤੁਸੀਂ ਹੌਲੀ ਹੌਲੀ ਬੰਦ ਕਰ ਦੋ ਤੇ ਬਿਲਕੁਲ ਲੈਵਲ ਨਾਲ ਤੁਸੀਂ ਖਾਂਦੇ ਰਹੋਗੇ ਤਾਂ ਮੁੜ ਕੇ ਤੁਹਾਡਾ ਨਾ ਕੈਸਟਰੋਲ ਵਧਣਾ ਨਾ ਯੂਰਿਕ ਐਸਿਡ ਵਧਣਾ। ਜੇ ਤੁਸੀਂ ਖਾਣਾ ਪੀਣਾ ਉਵੇਂ ਫੇਰ ਚਲਾਤਾ ਕੈਸਟਰੋਲ ਯੂਰਿਕ ਜਿਹੜਾ ਯੂਰਿਕ ਐਸਿਡ ਦਾ ਫੇਰ ਵਧਣਾ ਸ਼ੁਰੂ ਹੋ ਜੂ। ਪਰਹੇਜ ਰੱਖਿਓ, ਪਾਣੀ ਜ਼ਿਆਦਾ ਪੀਓ ਤੇ ਹੋ ਸਕੇ ਜਿਹੜੇ ਜ਼ਰੂਰੀ ਪਰਹੇਜ ਨੇ ਉਹ ਜ਼ਰੂਰ ਕਰਿਓ ਤੇ ਮੁੜ ਕੇ ਕੈਸਟਰੋਲ ਕਦੇ ਨੀ ਵਧਣਾ ਨਾ ਯੂਰਿਕ ਐਸਿਡ ਵਧਣਾ। ਜੀ ਤੇ ਇੱਕ ਆਮ ਸਮੱਸਿਆ ਜੀ ਕਬਜ਼ ਗੈਸ ਤੇ ਪੇਟ ਬਹੁਤ ਵੱਧਦਾ, ਕਈ ਪੇਸ਼ੈਂਟ ਨੇ ਸ਼ਿਕਾਇਤ ਕੀਤੀ ਹੈ ਵੀ ਕਬਜ਼ ਵੀ ਰਹਿੰਦੀ ਆ ਗੈਸ ਵੀ ਬਣਦੀ ਆ ਤੇ ਨਾਲ ਪੇਟ ਵੀ ਵੱਧਦਾ ਤੇ ਨਾਲ ਮੋਟਾਪਾ ਵੀ ਵਧਣਾ ਸ਼ੁਰੂ ਹੋ ਗਿਆ। ਜੀ ਉੱਥੇ ਇੱਕ ਛੋਟੀ ਜਿਹੀ ਜਾਣਕਾਰੀ ਮੈਂ ਦੇਣਾ ਚਾਹੂੰਗਾ ਵੀ ਜਦੋਂ ਵੀ ਕਬਜ਼ ਹੁੰਦੀ ਹੈ ਫਿਰ ਉਹਨੇ ਗੈਸ ਵੀ ਬਣਾਉਣੀ ਹੈ, ਜਦੋਂ ਪੇਟ ਸਾਫ਼ ਨਹੀਂ ਹੋਣਾ ਫਿਰ ਪੇਟ ਵੀ ਵਧਣਾ, ਕਿਉਂਕਿ ਜਦੋਂ ਆਪਾਂ ਨੂੰ ਪ੍ਰੋਪਰ ਪੇਟ ਹੀ ਨੀ ਸਾਫ਼ ਹੋਇਆ, ਅੰਤੜੀਆਂ ਜਿਹੜੀਆਂ ਆਪਣੀਆਂ ਸਟੂਲ ਜੰਮਿਆ ਹੋਇਆ ਧੋ ਹੀ ਨੀ ਹੋਇਆ ਫਿਰ ਉਹਨੇ ਦਿਨੋ ਦਿਨ ਆਪਣਾ ਆਕਾਰ ਪੇਟ ਦਾ ਵਧਣਾ ਹੀ ਵਧਣਾ। ਜਦੋਂ ਚੰਗੀ ਤਰ੍ਹਾਂ ਆਪਾਂ ਨੂੰ ਕੋਈ ਚੀਜ਼ ਹਜ਼ਮ ਨਹੀਂ ਹੁੰਦੀ, ਕਬਜ਼ ਰਹਿੰਦੀ ਹੈ, ਫਿਰ ਮੋਟਾਪਾ ਵੀ ਪੈਦਾ ਹੁੰਦਾ। ਇਹ ਸਿੱਧੀ ਜਿਹੀ ਗੱਲ ਹੈ, ਜਦੋਂ ਕਬਜ਼ ਹੁੰਦੀ ਆ ਫਿਰ ਪੇਟ ਵੀ ਵਧਣਾ, ਗੈਸ ਵੀ ਹੋਣੀ ਆ, ਮੋਟਾਪਾ ਵੀ ਹੋਣਾ। ਜੇ ਕਿਸੇ ਨੂੰ ਗੈਸ ਵੀ ਰਹਿੰਦੀ ਆ ਤੇ ਨਾਲ ਇਹ ਕਬਜ਼ ਵੀ ਰਹਿੰਦੀ ਹੈ ਤੇ ਪੇਟ ਵੀ ਬਹੁਤ ਜ਼ਿਆਦਾ ਵੱਧ ਰਹੇ ਆ, ਇਹ ਉਹਨਾਂ ਵਾਸਤੇ ਫਾਰਮੂਲਾ ਬਹੁਤ ਹੀ ਚੁਣਿਆ ਹੋਇਆ ਤੇ ਮਿਲਿਆ ਹੋਇਆ ਜਿਹਨੂੰ ਕਹਿੰਦੇ ਮਿੱਥਿਆ ਹੋਇਆ ਫਾਰਮੂਲਾ, ਜਿਹੜੇ ਅਸੀਂ ਆਮ ਆਪਣੀ ਕਲੀਨਿਕ ਵਿੱਚ ਆਪਣੇ ਆਯੁਰਵੇਦ ਖਾਨੇ ਵਿੱਚ ਆਯੁਰਵੇਦ ਮੈਡੀਸਿਨ ਬਣਾ ਕੇ ਲੋਕਾਂ ਨੂੰ ਦਿੰਦੇ ਹਾਂ, ਦਵਾਖਾਨੇ ਵਿੱਚ ਆਮ ਅਸੀਂ ਬਣਾ ਕੇ ਰੱਖਦੇ ਹਾਂ। ਜੀ ਜੀ ਉਹਦੇ ਵਿੱਚ ਕੀ ਪੈਂਦਾ ਹੈ, ਬੜੀਆਂ ਹਰੜਾਂ, ਛੋਟੀ ਹਰੜ, ਇੱਕ ਜੰਗੀ ਹਰੜ ਹੁੰਦੀ ਹੈ, ਇੱਕ ਬੜੀ ਹਰੜ ਹੁੰਦੀ ਆ, ਉਹ ਥੋੜਾ ਆਕਾਰ ਬੜਾ ਹੁੰਦਾ, ਬੜੀਆਂ ਹੈੜਾਂ ਤੇ ਆਮਲਾ ਇੱਕ ਬੇੜਾ, ਇਹ ਤਰੀਫੜੇ ਦਾ ਮਤਲਬ ਕੰਬੀਨੇਸ਼ਨ ਆ, ਚਾਹੇ ਤੁਸੀਂ ਤਰੀਫੜਾ ਚੂਰਨ ਲੈ ਲਓ ਪਰ ਕੋਸ਼ਿਸ਼ ਕਰਿਓ ਕਿ ਤੁਸੀਂ ਆਪ ਬਣਾਏ ਉਹਨੂੰ, ਬੜੀਆਂ ਹਰੜਾਂ, ਆਮਲਾ, ਬਿਹੇੜਾ, ਛੋਟੀ ਹਰੜ ਜਿਹਨੂੰ ਜੰਗੀ ਹਰੜ ਕਹਿੰਦੇ ਆ, ਜੰਗੀ ਹਰੜ ਤੇ ਹਲਦੀ ਜਿਹੜੀ ਤੁਸੀਂ ਆਪ ਖਰੀਦਣੀ ਆ, ਗੰਧਾਂ ਜਿਹੜੀਆਂ ਮਿਲਦੀਆਂ ਸੁੱਕੀ ਹੋਈ ਹਲਦੀ, ਉਹ ਸਾਬਤ ਹਲਦੀ, ਜੀਰਾ, ਸੁੰਡ, ਸੁੰਡ ਵਧੀਆ ਸੁੰਡ ਹੋਵੇ, ਬੈਬਰਿੰਗ, ਗੁਲਾਬ, ਸਰਨੈ, ਅਜਵੈਣ ਤੇ ਸੌਂਫ। ਇੱਕ ਵਾਰੀ ਬੜਾ ਫਾਰਮੂਲਾ ਮੈਂ ਇੱਕ ਵਾਰੀ ਫੇਰ ਰਿਪੀਟ ਕਰੂੰਗਾ ਜੀ, ਬੜੀਆਂ ਹਰੜਾਂ, ਆਂਵਲਾ, ਬਿਹੇੜਾ, ਛੋਟੀ ਹਰੜ ਜਿਹਨੂੰ ਜੰਗੀ ਹਰੜ ਕਹਿੰਦੇ ਆ ਤੇ ਹਲਦੀ ਜਿਹੜੀ ਸਾਬਤ ਹੋਵੇ, ਜੀਰਾ, ਸੁੰਡ ਵਧੀਆ ਸੁੰਡ, ਬੈਬਰਿੰਗ ਕਾਲੀਆਂ ਮਿਰਚਾਂ ਵਰਗੀ ਇੱਕ ਦਵਾਈ ਹੁੰਦੀ ਆ, ਫਲ ਜੇ ਹੁੰਦੇ ਨੇ ਉਹਨੂੰ ਬੈਬਰਿੰਗ ਕਹਿੰਦੇ ਨੇ, ਤੇ ਗੁਲਾਬ ਦੇ ਸੁੱਕੇ ਫੁੱਲ ਜਿਹੜੇ ਹੁੰਦੇ ਨੇ, ਸਰਨੈ, ਅਜਵੈਣ ਤੇ ਸੌਂਫ। ਇਹ ਸਾਰੀਆਂ ਚੀਜ਼ਾਂ ਤੁਸੀਂ 50-50 ਗ੍ਰਾਮ ਲੈਣੀਆਂ ਨੇ, ਪਾਊਡਰ ਬਣਾ ਲੈਣਾ ਤੇ ਇਹਦੇ ਵਿੱਚ ਜਿਹੜੀਆਂ ਦੋ ਚੀਜ਼ਾਂ, ਇੱਕ ਚੀਜ਼ ਹੋਰ ਪੈਣੀ ਆ ਉਹ ਆ ਕਾਲਾ ਨਮਕ, ਦਲੀਆ ਨਮਕ ਤੁਸੀਂ ਆਪ ਸਾਬਤ ਮਿਲ ਜਾਂਦਾ ਡਲਾ, ਉਹ ਖਰੀਦਿਓ ਆਪ, ਕਿਸੇ ਰਸਾਇਣ ਨਾ ਲਿਓ ਉਹਦੇ ਵਿੱਚ, ਉਹਨਾਂ ਨੇ ਚਿੱਟਾ ਨਮਕ ਪਤਾ ਨੀ ਕੀ ਪਾ ਕੇ ਪਾਇਆ ਹੁੰਦਾ, ਕਿਉਂਕਿ ਥੋੜਾ ਕਾਲਾ ਨਮਕ ਮਹਿੰਗਾ ਜ਼ਰੂਰ ਹੁੰਦਾ ਪਰ ਡਲਾ ਤੁਸੀਂ ਆਪਣਾ ਆਪ ਖਰੀਦਿਓ। ਕਾਲਾ ਨਮਕ 100 ਗ੍ਰਾਮ ਇਹਦੇ ਵਿੱਚ ਪੈਣਾ, ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਪਾਊਡਰ ਬਣਾ ਲੈਣਾ ਤੇ ਪਾਊਡਰ ਬਣਾ ਕੇ ਤੁਸੀਂ ਬਿਲਕੁਲ ਜਿੰਨਾ ਮੀਨ ਪਾਊਡਰ ਹੋਊਗਾ, ਜਿੰਨਾ ਕਹਿਣ ਦਾ ਭਾਵ ਪਾਊਡਰ ਬਰੀਕ ਹੋਊਗਾ ਓਨਾ ਹੀ ਨੁਸਖੇ ਨੇ ਜ਼ਿਆਦਾ ਕੰਮ ਕਰਨਾ ਜੀ। ਪਾਊਡਰ ਬਣਾ ਕੇ ਰੱਖ ਲਓ ਤੇ ਚਮਚਾ ਸਵੇਰੇ ਗਰਮ ਪਾਣੀ ਨਾਲ, ਦੁਪਹਿਰੇ ਗਰਮ ਪਾਣੀ ਨਾਲ, ਸ਼ਾਮ ਨੂੰ ਫੇਰ ਗਰਮ ਪਾਣੀ, ਤੇ ਜਿੰਨਾ ਵੀ ਮਤਲਬ ਤੁਸੀਂ ਜਿਹਨੂੰ ਕਹਿੰਦੇ ਆ ਵੀ ਖੱਟੀ ਕਲੀ ਚੀਜ਼ ਖਾਂਦੇ ਹੋ
ਜਾਂ ਮੈਦੇ ਵਾਲੀ ਚੀਜ਼ ਜ਼ਿਆਦਾ ਖਾਂਦੇ ਹੋ ਜਾਂ ਫਿਰ ਜ਼ਿਆਦਾ ਹੀ ਜਿਹਨੂੰ ਕਹਿੰਦੇ ਵੀ ਕੋਲਡ ਡਰਿੰਕ ਵਗੈਰਾ ਪੀਂਦੇ ਹੋ ਜਾਂ ਫਾਸਟ ਫੂਡ ਜਿਹੜਾ ਬਾਹਰਲਾ ਖਾਂਦੇ ਹੋ ਉਹ ਤੁਹਾਨੂੰ ਛੱਡਣਾ ਪੈਣਾ। ਘਰ ਦਾ ਜਿਹੜਾ ਘਰ ਦਾ ਬਣਿਆ ਹੋਇਆ ਖਾਣਾ ਦਾਲ ਰੋਟੀ ਵਧੀਆ ਗਾਲਾ ਖਾਓਗੇ, ਸਲਾਦ ਵਧੀਆ ਨਾਲ ਖਾਓ, ਫਰੂਟ ਵਧੀਆ ਖਾਓ, ਜੂਸ ਪੀਓ, ਇਹ ਜ਼ਰੂਰੀ ਆ ਜਿਹਦੇ ਨਾਲ ਆਪਣਾ ਵੈਸੇ ਵੀ ਪੇਟ ਦਾ ਸਿਸਟਮ ਠੀਕ ਰਹਿੰਦਾ। ਲਗਾਤਾਰ ਤੁਸੀਂ ਵਰਤ ਕੇ ਦੇਖੋ ਤੇ ਇਹਦੇ ਨਾਲ ਕਬਜ਼ ਵੀ ਠੀਕ ਹੋਣੀ ਆ, ਗੈਸ ਵੀ ਨਹੀਂ ਬਣੂਗੀ ਤੇ ਪੇਟ ਜਿਹੜਾ ਤੁਹਾਡਾ ਢੋਲ ਵਾਂਗੂ ਬਾਹਰ ਨੂੰ ਵਧਿਆ ਹੋਇਆ ਤਾਂ ਉਹ ਹੌਲੀ ਹੌਲੀ ਅੰਦਰ ਆਉਣਾ ਸ਼ੁਰੂ ਹੋ ਜਾਣਾ। ਇੱਕ ਮੈਨੂੰ ਸਵਾਲ ਆਇਆ ਜੀ, ਕਹਿੰਦੇ ਅੰਤੜੀਆਂ ਦੀ ਸਫਾਈ ਦੇ ਵਾਸਤੇ ਨੁਸਖਾ ਦੱਸੋ। ਅੰਤੜੀ ਸਫਾਈ ਵਾਸਤੇ ਜੇ ਮੈਂ ਸਹੀ ਕਰਾਵਾਂ ਜਿਹੜਾ ਇਹ ਫਾਰਮੂਲਾ ਇਹ ਮੈਂ ਦੱਸ ਰਿਹਾ, ਅੰਤੜੀਆਂ ਦੀ ਸਫਾਈ ਵੀ ਨਾਲ ਹੋਣੀ ਹੈ ਤੇ ਫਿਰ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਨਾਰਮਲ ਅੰਤੜੀਆਂ ਸਾਫ਼ ਆਪਾਂ ਕਰੀਏ, ਕਿਉਂਕਿ ਹਰੇਕ ਬੰਦੇ ਨੂੰ ਮੈਂ ਕਈ ਵਾਰ ਜ਼ਿਕਰ ਕੀਤਾ ਹੈ ਕਿ ਬੰਦੇ ਨੂੰ ਹਫ਼ਤੇ ਚ ਇੱਕ ਵਾਰ ਆਪਣੇ ਪੇਟ ਦਾ ਸ਼ੁੱਧੀਕਰਨ ਕਰਨਾ ਜ਼ਰੂਰੀ ਹੈ। ਭਾਵ ਤੁਸੀਂ ਅੰਤੜੀਆਂ ਨੂੰ ਕੁਦਰਤੀ ਤਹਿਤ ਉਹਨੂੰ ਕਬਜ਼ ਹੈ ਜਾਂ ਨਹੀਂ ਹੈ, ਜਿਹੜੀ ਆਪਣੀ ਅੰਤੜੀਆਂ ਨੂੰ ਸਫਾਈ ਜ਼ਰੂਰ ਕਰੋ। ਜੇ ਤੁਸੀਂ ਅੰਤੜੀਆਂ ਦੀ ਸਫਾਈ ਕਰਨੀ ਹੈ ਤਾਂ ਪਹਿਲੀ ਗੱਲ ਤਾਂ ਜਿਹੜਾ ਤ੍ਰਿਫਲਾ ਚੂਰਨ ਬਣਿਆ ਬਣਾਇਆ, ਆਂਵਲਾ ਬਿਹੇੜਾ ਤੇ ਹਰੜ ਇਹ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਹੁੰਦਾ ਹੈ, ਤ੍ਰਿਫਲਾ ਚੂਰਨ ਤੁਹਾਨੂੰ ਬਾਜ਼ਾਰ ਚ ਮਿਲ ਜਾਣਾ ਜੀ। ਤੁਸੀਂ ਕੀ ਕਰਨਾ ਹੈ, ਇੱਕ ਸਰੋਤਾ ਆ ਗਿਆ ਜੀ, ਆਪਾਂ ਤ੍ਰਿਫਲਾ ਚੂਰਨ ਨੂੰ ਥੋੜਾ ਜਿਹਾ ਰੱਖ ਲਈਏ ਹੋਲਡ ਤੇ ਸਰੋਤਿਆਂ ਨੂੰ ਏਅਰ ਤੇ ਲੈ ਲੈਂਦੇ। ਹਾਂਜੀ ਸਵਾਗਤ ਜੀ ਬਾਈ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਮੈਂ ਰਾਜ ਸਿੰਘ ਸਿੱਧੂ ਬੋਲਦਾ ਜੀ ਸਰ। ਸਾਹਿਬ ਮੇਰੀ ਉਮਰ 55 ਸਾਲ ਆ ਤੇ ਮੇਰਾ ਜਿਹੜਾ ਗਾਲ ਬਲੱਡਰ ਰਿਮੂਵ ਹੋਇਆ ਦੋ ਕੁ ਮਹੀਨੇ ਹੋ ਗਏ ਜੀ, ਤੇ ਮੇਰਾ ਹੁਣ ਮੈਂ ਚੈੱਕ ਇੰਡੀਆ ਵੀ ਕਰਾਇਆ ਜੀ, ਹੁਣ ਇੱਥੇ ਆ, ਮੈਂ ਇੱਥੇ USA ਚ ਹੁਣ ਇੱਥੇ ਕਰਾਇਆ, ਮੇਰਾ ਥਾਇਰਾਇਡ ਲੋ ਆਉਂਦਾ, ਉਹਦਾ ਕੀ ਉਹਦਾ ਇਲਾਜ ਹੋਊ ਤੇ ਉਹਦਾ ਕੀ ਪਰਹੇਜ਼ ਹੋਣਗੇ ਉਹਦੇ ਲਈ ਜ਼ਰੂਰ ਦੱਸੋ, ਮੈਂ ਰੇਡੀਓ ਸੁਣਦਾ ਜੀ। ਥੈਂਕ ਯੂ। ਸੁਣੋ ਜੀ, ਜਿਹੜਾ ਮੈਂ ਸਰ ਥਾਇਰਾਇਡ ਦਾ ਪਹਿਲਾਂ ਫਾਰਮੂਲਾ ਦੱਸਿਆ ਜੀ, ਉਹ ਸਾਰੇ ਚਾਹੇ ਵਜਨ ਘਟਦਾ ਚਾਹੇ ਵੱਧਦਾ ਤੇ ਜੋ ਵੀ ਕੁਛ ਹੁੰਦਾ ਉੱਥੇ ਸਾਰੇ ਪਾਸੇ ਕੰਮ ਕਰਦਾ, ਕਿਉਂਕਿ ਉਹਦੇ ਵਿੱਚ ਜਿਹੜੀਆਂ ਸੁੰਦ ਮਗਾਂ ਕਾਲੀਆਂ ਮਿਰਚਾਂ ਇਹ ਬਾਇਓਵੈਦਿਕ ਹੁੰਦੀ, ਉਹ ਕਹਿੰਦੇ ਪੇਟ ਦਾ ਸਿਸਟਮ ਠੀਕ ਰੱਖਦੀ ਹੈ ਜੀ, ਤੇ ਬਿਹੇੜਾ ਗੁਦੰਤੀ ਪਸਮ ਪਰਵਾਲ ਪਿਸਤੀ ਇਹ ਸਾਰੀਆਂ ਸੇਮ ਉੱਥੇ ਵੀ ਕੰਮ ਕਰਨਗੀਆਂ। ਇਹ ਜਿਹੜਾ ਫਾਰਮੂਲਾ ਜੇ ਤੁਸੀਂ ਕਹੋ ਤਾਂ ਮੈਂ ਰਿਪੀਟ ਕਰ ਦਿੰਦਾ ਜੀ, ਇਹਨਾਂ ਨੇ ਰਿਪੀਟ ਸੁਣਨਾ ਤਾਂ ਰਿਪੀਟ ਸੁਣ ਲੂ ਜੀ, ਰਿਪੀਟ ਕਰ ਦਵਾਂ ਫਾਰਮੂਲਾ ਜੀ, ਫਿਰ ਕਰ ਹੀ ਦਿਓ ਜੀ ਰਿਪੀਟ, ਕਈ ਵਾਰੀ ਸਰੋਤਾਂ ਦਾ ਨਹੀਂ ਸਮਾਂ ਲੱਗਦਾ, ਆਪਾਂ ਨੂੰ ਸੌਖਾ ਰਹੂਗਾ। ਹਾਂਜੀ, ਇਹਨਾਂ ਦਾ ਜਿਹੜਾ ਕੁਐਸਚਨ ਤਾਂ ਇੱਕ ਵਾਰੀ ਇਹ ਫਾਰਮੂਲਾ ਟਰਾਈ ਜ਼ਰੂਰ ਕਰਨ, ਫਾਇਦਾ ਜ਼ਰੂਰ ਹੋਊਗਾ। ਸੁੰਦ ਮਗਾ ਕਾਲੀਆਂ ਮਿਰਚ 50-50 ਗ੍ਰਾਮ, ਬਿਹੇੜਾ 25 ਗ੍ਰਾਮ, ਗੁਦੰਤੀ ਭਸਮ 10 ਗ੍ਰਾਮ, ਪਰਵਾਲ ਪਿਸਤੀ 10 ਗ੍ਰਾਮ, ਇਹ ਸਾਰੀਆਂ ਚੀਜ਼ਾਂ ਤੁਸੀਂ ਪਾਊਡਰ ਬਣਾ ਕੇ ਰੱਖਣਾ ਹੈ ਤੇ ਚਮਚੇ ਦਾ ਚੌਥਾ ਹਿੱਸਾ ਜਾਂ ਅੱਧਾ ਚਮਚਾ ਤੁਸੀਂ ਸਵੇਰੇ ਸ਼ਾਮ ਸ਼ਹਿਦ ਚ ਮਿਲਾ ਕੇ ਲਾਓ, ਤੇ ਨਾਲ ਜਿੰਨਾ ਵੀ ਤੁਹਾਡਾ ਜਿਹੜਾ ਖਾਣਾ ਹੈ, ਫਰੂਟ ਜੂਸ ਵਗੈਰਾ ਜ਼ਿਆਦਾ ਪੀਓ, ਹਰੀਆਂ ਸਬਜ਼ੀਆਂ ਜ਼ਿਆਦਾ ਪੀਓ ਤੇ ਖਾਓ, ਤੇ ਨਾਲ ਸਲਾਦ ਦੀ ਜਿਹੜੀ ਮਾਤਰਾ ਵਧਾਓ ਖਾਣੇ ਵਿੱਚ, ਸਲਾਦ ਦੀ ਮਾਤਰਾ ਵਧਾਓ ਤੇ ਪਾਣੀ, ਪ੍ਰੋਪਰ ਪਾਣੀ ਜਿਵੇਂ ਆਪਾਂ ਨੂੰ ਚਾਹੀਦਾ ਪ੍ਰੋਪਰ ਪਾਣੀ ਪੀਓ, ਤੇ ਹੋ ਸਕੇ ਤਾਂ ਇੱਕ ਚਮਚਾ ਸਵੇਰੇ ਸ਼ਹਿਦ ਦਾ ਤੇ ਇੱਕ ਚਮਚਾ ਸ਼ਾਮ ਨੂੰ ਵੈਸੇ ਤੁਸੀਂ ਪੀ ਲਓ ਖਾ ਲਓ, ਜਿਵੇਂ ਆਮ ਆਪਾਂ ਸ਼ਹਿਦ ਚੱਕ ਕੇ ਖਾ ਲੈਂਦੇ ਆ, ਇਹਦੇ ਨਾਲ ਸ਼ਹਿਦ ਜ਼ਰੂਰ ਲਓ, ਕਿਉਂਕਿ ਸ਼ਹਿਦ ਜਿਹੜਾ ਹੈਗਾ ਇਹਦੇ ਵਿੱਚ ਕਾਫੀ ਵਿਟਾਮਿਨ ਮਿਨਰਲ ਨੇ ਜਿਹੜੇ ਕੁਦਰਤੀ ਨੇ, ਕਿਉਂਕਿ ਜਿਹੜੀ ਮਧੂ ਮੱਖੀ ਆ ਉਹ ਪਤਾ ਨੀ ਕਿਹੜੇ ਕਿਹੜੇ ਫੁੱਲਾਂ ਵਿੱਚੋਂ ਰਸ ਕੱਢ ਕੇ ਆਪਾਂ ਨੂੰ ਸ਼ਹਿਦ ਬਣਾਉਂਦੀ, ਜਿਹੜਾ ਸ਼ਹਿਦ ਆ ਕੁਦਰਤੀ ਤੌਰ ਤੇ ਵਿੱਚ ਬਹੁਤ ਆਇਰਨ, ਮੈਗਨੀਸ਼ੀਅਮ ਤੇ ਵਿਟਾਮਿਨ ਮਿਨਰਲ ਕਾਫੀ ਮਾਤਰਾ ਵਿੱਚ ਹੁੰਦੇ ਨੇ, ਤੇ ਉਹ ਸ਼ਹਿਦ ਦਾ ਚਮਚਾ ਵੀ ਨਾਲ ਇੱਕ ਸਵੇਰੇ ਸ਼ਾਮ ਖਾਣਾ, ਤੇ ਜਿਹੜਾ ਮੈਂ ਫਾਰਮੂਲਾ ਦੱਸਿਆ ਇੱਕ ਵਾਰੀ ਮਹੀਨਾ ਕੁ ਰਿਪੀਟ ਕਰਕੇ ਦੇਖ ਲੈਣ, ਖਾ ਕੇ ਦੇਖ ਲੈਣ, ਜੇ ਇਹਨੂੰ ਫਾਇਦਾ ਲੱਗਿਆ ਤਾਂ ਇਹਨੂੰ ਲਗਾਤਾਰ ਤੁਸੀਂ 3-4 ਮਹੀਨੇ ਖਾਓ, ਇਹ ਥਾਇਰਾਇਡ ਜਿਹੜਾ ਹੈਗਾ ਤੁਹਾਡਾ ਉਹਦੇ ਵਿੱਚ ਤੁਹਾਨੂੰ ਪੱਕਾ ਰਿਜ਼ਲਟ ਮਿਲੂਗਾ ਹੀ ਮਿਲੂਗਾ ਜੀ। ਤੇ ਜਿਹੜਾ ਮੈਂ ਇਹ ਸਰੋਤੇ ਦੱਸ ਕੇ ਗਿਆ ਸੀ ਪੇਟ ਦਾ ਸ਼ੁੱਧੀਕਰਨ ਕਿਵੇਂ ਕਰਨਾ ਵੀ ਅੰਤੜੀਆਂ ਸਾਫ਼ ਹੋ ਜਾਣ, ਸਭਦੇ ਵਾਸਤੇ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਇੱਕ ਹਫ਼ਤੇ ਵਿੱਚ ਤੁਸੀਂ ਆਪਣੇ ਪੇਟ ਦਾ ਸ਼ੁੱਧੀਕਰਨ ਜ਼ਰੂਰ ਕਰੋ, ਜ਼ਰੂਰੀ ਆ। ਉਹਦੇ ਵਾਸਤੇ ਕੀ ਆ, ਤੁਸੀਂ ਤ੍ਰਿਫਲਾ ਚੂਰਨ ਜੀ, ਤ੍ਰਿਫਲਾ ਚੂਰਨ ਤੁਸੀਂ ਸ਼ਾਮ ਨੂੰ 2 ਚਮਚੇ ਪਾਣੀ, ਤ੍ਰਿਫਲਾ ਚੂਰਨ ਦੇ 1 ਗਲਾਸ ਪਾਣੀ ਦਾ ਜੀ, ਜੇ ਹੋ ਸਕੇ ਤੁਸੀਂ ਉਹਨੂੰ ਮਿੱਟੀ ਦਾ ਜਿਹੜਾ ਕੁੱਜਾ ਛੋਟਾ ਹੁੰਦਾ ਉਹਦੇ ਵਿੱਚ ਪਿਓ ਤੇ ਜ਼ਿਆਦਾ ਕੰਮ ਕਰੂਗਾ ਜੀ।
ਮਿੱਟੀ ਦਾ ਕੁੰਡਾ ਲੈ ਲਓ, ਇੱਕ ਗਲਾਸ ਭਰ ਕੇ ਪਾਣੀ ਦੇ ਵਿੱਚ ਪਾ ਲਓ ਤੇ ਦੋ ਚਮਚੇ ਤ੍ਰਿਫਲਾ ਚੂਰਨ ਦੇ ਪਾ ਦੋ, ਪਾ ਕੇ ਤੁਸੀਂ ਸਾਰੀ ਰਾਤ ਨੂੰ ਪਿਆ ਰਹਿਣ ਦੋ ਤੇ ਸਵੇਰੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਫੈਂਟ ਕੇ, ਦੋ ਤਿੰਨ ਵਾਰੀ ਫੈਂਟ ਕੇ ਉਹਨੂੰ ਕਿਸੇ ਚੁੰਨੀ ਜਿਵੇਂ ਚੁੰਨੀ ਆ ਉਹਦੇ ਨਾਲ ਤੁਸੀਂ ਛਾਲ ਲਓ ਤੇ ਉਹ ਪਾਣੀ ਤੁਸੀਂ ਬੜੇ ਜਿਵੇਂ ਚਾਹ ਪੀਨੇ ਆ ਸਵਾਦ ਵੇਲੇ ਕਿ ਜਿਵੇਂ ਉਹਨੇ ਸਿਪ ਸਿਪ ਕਰਕੇ ਪੀਓ ਤੇ ਪਾਣੀ ਜਿਹੜਾ ਪੀਣਾ ਤੁਸੀਂ ਬੈਠ ਕੇ ਪੀਣਾ। ਵੈਸੇ ਵੀ ਸਰੋਤਿਆਂ ਨੂੰ ਮੈਂ ਇੱਕ ਰਿਕੁਐਸਟ ਕਰਦਾ ਵੀ ਜਦੋਂ ਵੀ ਪਾਣੀ ਤੁਸੀਂ ਪੀਣਾ ਭੁੱਲ ਕੇ ਵੀ ਕਦੇ ਖੜ ਕੇ ਨਾ ਪਾਣੀ ਪੀਓ, ਬੈਠ ਕੇ ਪਾਣੀ ਪੀਣਾ ਤੇ ਸਿਪ ਸਿਪ ਕਰਕੇ ਪੀਣਾ, ਬੜੇ ਆਰਾਮ ਨਾਲ ਪੀਣਾ, ਘੁੱਟ ਘੁੱਟ ਕਰਕੇ ਪਾਣੀ ਪੀਣਾ। ਤੇ ਜਿਵੇਂ ਆ ਤ੍ਰਿਫਲਾ ਦਾ ਮੈਂ ਦੱਸਿਆ ਵੀ ਪਾਣੀ ਯੂਜ਼ ਕਰਨਾ ਉਹ ਵੀ ਬੈਠ ਕੇ ਬੜੇ ਆਰਾਮ ਨਾਲ ਪੀਣਾ ਤੇ ਇਹਦੇ ਨਾਲ ਤੁਹਾਡਾ ਜਿਹੜਾ ਪੇਟ ਆ ਉਹ ਜਿਹੜੀਆਂ ਅੰਤਰੀਆਂ ਨੇ ਕੁਦਰਤੀ ਤੌਰ ਤੋਂ ਬਿਲਕੁਲ ਤੁਹਾਨੂੰ ਦੋ ਤਿੰਨ ਲੂਜ਼ ਮੋਸ਼ਨ ਜ਼ਰੂਰ ਆ ਜਾਣਗੇ, ਦੋ ਤਿੰਨ ਟੱਟੀਆਂ ਜ਼ਰੂਰ ਆ ਜਾਣਗੀਆਂ, ਪਰ ਘਬਰਾਉਣ ਦੀ ਲੋੜ ਨਹੀਂ, ਪੇਟ ਬਿਲਕੁਲ ਸਾਫ਼ ਹੋ ਜਾਊਗਾ। ਹਫ਼ਤੇ ਵਿੱਚ ਹਰੇਕ ਸਰੋਤਾ ਜਿਹੜਾ ਸਾਡਾ ਪ੍ਰੋਗਰਾਮ ਸੁਣਦਾ ਹੈ ਪੇਟ ਦਾ ਸ਼ੁੱਧੀਕਰਨ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਜਿਹੜੀ ਬਿਮਾਰੀਆਂ ਹੋਰ ਇਕੱਠੀਆਂ ਹੁੰਦੀਆਂ ਉਹ ਨਾ ਲੱਗਣ। ਠੀਕ ਹੈ ਜੀ, ਤੇ ਇਹ ਹੋ ਗਿਆ ਇਹਨਾਂ ਦੇ ਕੁਐਸਚਨ ਦਾ ਜਵਾਬ ਤੇ ਹੁਣ ਆਪਾਂ ਅੱਗੇ ਚੱਲੀਏ। ਤੇ ਕਈ ਮਤਲਬ ਫੋਨ ਆਇਆ ਕਈ ਸਰੋਤਿਆਂ ਦਾ ਵੀ ਕੋਈ ਕਹਿੰਦਾ ਵੀ ਮੈਂ ਭੁੱਕੀ ਛੱਡਣੀ ਆ, ਕੋਈ ਕਹਿੰਦਾ ਮੈਂ ਅਫੀਮ ਛੱਡਣੀ ਆ, ਤੇ ਉਹਦਾ ਨੁਸਖਾ ਮੈਂ ਦੱਸਣ ਲੱਗਿਆ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਆ ਵੀ ਚਲੋ ਜਿੰਨੇ ਕੁ ਫਾਰਮੂਲੇ ਦੱਸਣ ਯੋਗ ਹੋਈ ਆਪਾਂ ਦੱਸੀ। ਕੁਛ ਫਾਰਮੂਲੇ ਸਰ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹੀ ਫਾਰਮੂਲੇ ਦੱਸਾਂ ਜਿਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਅਫੀਮ, ਭੁੱਕੀ ਜਾਂ ਕੋਈ ਵੀ ਨਸ਼ਾ ਜਿਨ੍ਹਾਂ ਨੇ ਛੱਡਣਾ, ਨਸ਼ਾ ਛੱਡਣਾ ਇੱਕ ਪਹਿਲੀ ਗੱਲ ਤਾਂ ਆਪਣਾ ਮਾਨਸਿਕ ਸਥਿਤੀ ਹੈ ਜਿਹੜੀ ਉਹ ਮਜ਼ਬੂਤ ਕਰਨੀ ਪੈਂਦੀ ਆ, ਮਨ ਬਣਾਉਣਾ ਪੈਂਦਾ ਨਸ਼ੇ ਦਾ। ਜਦੋਂ ਤੁਹਾਡੀ ਵਿਲ ਪਾਵਰ ਨਸ਼ਾ ਜਿਹੜਾ ਨਸ਼ਾ ਛੱਡਣ ਜੋਗੀ ਹੋਊਗੀ ਉਦੋਂ ਨਸ਼ਾ ਛੁੱਟ ਗਿਆ। ਸਾਨੂੰ ਸਭ ਤੋਂ ਬੜੀ ਦਵਾਈ ਤੁਹਾਡਾ ਮਨ ਕੰਟਰੋਲ ਹੋਣਾ ਚਾਹੀਦਾ, ਨਸ਼ਾ ਆਪਣੇ ਆਪ ਹੀ ਰੁਕ ਜਾਂਦਾ। ਫਿਰ ਵੀ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਤੋੜ ਨਾ ਲੱਗੇ, ਸੌਖਾ ਛੁੱਟ ਜਾਵੇ, ਉਹਦੇ ਵਾਸਤੇ ਨੁਸਖਾ ਬਹੁਤ ਹੀ ਵਧੀਆ ਨੁਸਖਾ ਹੈ। ਸਾਂਭ ਲਿਓ, ਮੇਰੇ ਵੱਲੋਂ ਤਾਂ ਇੱਕੋ ਬੇਨਤੀ, ਮੈਨੂੰ ਸਾਂਭ ਲਿਓ। ਗੁੜਮਾਰ ਬੂਟੀ, ਗੁੜਮਾਰ ਬੂਟੀ ਆਮ ਪੰਸਾਰੀ ਤੋਂ ਮਿਲ ਜਾਂਦੀ ਆ। ਗੁੜਮਾਰ, ਸੌਂਫ, ਅਜਵੈਣ, ਸੁੰਡ ਤੇ ਭੂਰੀ ਮਿਰਚ, ਕਾਲੀ ਮਿਰਚ ਨਾਲ ਚਿੱਟੀ ਮਿਰਚ ਕਹਿੰਦੇ ਨੇ, ਭੂਰੀ ਮਿਰਚ ਕਹਿ ਦਿੰਦੇ ਆ। ਗੁੜਮਾਰ ਹੋ ਗਿਆ 100 ਗ੍ਰਾਮ, ਸੌਂਫ 100 ਗ੍ਰਾਮ, ਅਜਵੈਣ 100 ਗ੍ਰਾਮ, ਸੁੰਡ 100 ਗ੍ਰਾਮ ਤੇ ਭੂਰੀਆਂ ਮਿਰਚਾਂ ਇਹ 100 ਗ੍ਰਾਮ। ਇਹ ਕਰਨਾ ਕੀ ਆ, ਸਭ ਦਾ ਪਾਊਡਰ ਤੁਸੀਂ ਬਣਾ ਲਿਆ, ਪਾਊਡਰ ਚੰਗੀ ਤਰ੍ਹਾਂ ਮਿਕਸ ਕਰਨਾ। ਕਿਸੇ ਵੀ ਦਵਾਈ ਦਾ ਜੇ ਤੁਸੀਂ ਪਾਊਡਰ ਬਣਾਉਂਦੇ ਆ ਤਾਂ ਕੋਸ਼ਿਸ਼ ਕਰੋ ਫਾਹਾ ਵੱਢ ਨਾ ਕਰੋ, ਚੰਗੀ ਤਰ੍ਹਾਂ ਬਣਾਓ, ਪਾਲਟੀ ਪਾਲਟੀ ਜਿਵੇਂ ਕਹਿੰਦੇ ਮਿਕਸ ਕਰੋ, ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਰੱਖ ਲੈਣਾ ਹੈ। ਤੇ ਇਹਦੇ ਵਿੱਚ ਕਰਨਾ ਕੀ ਆ, ਗੁੜ ਲੈ ਲਿਓ ਪੁਰਾਣਾ, ਪੰਸਾਰੀ ਤੋਂ ਕਹਿ ਕੇ ਤੁਸੀਂ ਗੁੜ ਪੁਰਾਣਾ ਲੈਣਾ। ਤੇ ਪੁਰਾਣਾ ਗੁੜ ਨਾਲ ਸਵਾਲ ਆ ਗਿਆ ਜੀ ਮੈਨੂੰ, ਇਹ ਵੀ ਮਾੜਾ ਨਵੇੜ ਹੀ ਦਿਓ ਵੈਦ ਜੀ, ਤ੍ਰਿਫਲੇ ਦੇ ਬਾਰੇ ਤੁਸੀਂ ਦੱਸਿਆ, ਸ਼ਹਿਦ ਨਾਲ ਮਿਲਾ ਕੇ ਲੈ ਸਕਦੇ ਕਹਿੰਦੇ ਤ੍ਰਿਫਲੇ ਨੂੰ? ਹਾਂ ਜੀ, ਸ਼ਹਿਦ ਨਾਲ ਵੀ ਲੈ ਸਕਦੇ। ਤ੍ਰਿਫਲਾ ਕਹਿਣ ਦਾ ਭਾਵ ਤੁਹਾਡੇ ਪੇਟ ਦੇ ਅੰਦਰ ਚਲੇ ਜਾਵੇ, ਚਾਹੇ ਤੁਸੀਂ ਉਹਦਾ ਕਾੜਾ ਬਣਾ ਲਓ, ਭਿਉਂ ਕੇ ਰੱਖ ਲਓ, ਚਾਹੇ ਡਾਇਰੈਕਟ ਖਾ ਲਓ, ਚਾਹੇ ਸ਼ਹਿਦ ਨਾਲ ਖਾ ਲਓ। ਅੱਛਾ, ਲੈਣਾ ਤ੍ਰਿਫਲਾ ਜਿਹੜਾ ਕਿਹੜਾ, ਬੈਦਨਾਥ ਵਗੈਰਾ ਦਾ ਲੈਣਾ ਜਾਂ ਆਪਦੇ ਵਾਲੇ ਬਣਾ, ਸੌਖਾ ਰਹਿੰਦਾ ਬਣ ਜਾਂਦਾ? ਦੇਖੋ ਸਭ ਤੋਂ ਜਿਹੜੀ ਮੇਰੀ ਆਪਣੀ ਮਨ ਤੋਂ ਜਿਹੜੀ ਗੱਲ ਮੈਂ ਗੱਲ ਕਰਦਾ ਉਹ ਆ ਜੀ, ਆਪਣਾ ਘਰ ਦਾ ਬਣਾਇਆ ਹੋਵੇ ਤਾਂ ਸਭ ਤੋਂ ਬਿਹਤਰ ਆ, ਕਿਉਂਕਿ ਕੰਪਨੀਆਂ ਚ ਜਿਹੜਾ ਡੱਬੇ ਵਿੱਚ ਬੰਦ ਤ੍ਰਿਫਲਾ ਕੀਤਾ ਉਹਦੀ ਆਪਾਂ ਪੂਰੀ ਗਾਰੰਟੀ ਨਹੀਂ ਕਹਿ ਸਕਦੇ। ਫਿਰ ਵੀ ਮਤਲਬ ਵੈਦਨਾਥ, ਡਾਬਰ, ਜਿਵੇਂ ਝੰਡੂ ਜਾਂ ਫਿਰ ਸ੍ਰੀ ਗੋਪਾਲ ਕੰਪਨੀਆਂ ਇਹ ਕੋਸ਼ਿਸ਼ ਕਰਦੀ ਵੀ, ਕਿਉਂਕਿ ਮਹਿੰਗੀਆਂ ਚੀਜ਼ਾਂ ਨੀ ਹੈਗੀਆਂ, ਆਮਲਾ ਵਿਹੜਾ ਇਹ ਕੋਈ ਮਹਿੰਗੀਆਂ ਚੀਜ਼ਾਂ ਨੀ, ਇਹਨਾਂ ਦਾ ਬਣੇ ਬਣਾਏ ਵੀ ਠੀਕ ਆ, ਪਰ ਜੇ ਕੋਸ਼ਿਸ਼ ਕਰੋ ਤੁਸੀਂ ਆਪਣਾ ਬਣਾ ਲਓ ਤਾਂ ਚੰਗੀ ਗੱਲ। ਆਮਲਾ ਵਿਹੜਾ ਤੇ ਜਿਹੜੀ ਹਰੜ ਇਹ ਤਿੰਨੇ ਚੀਜ਼ਾਂ ਨੇ ਇੱਕ ਬਰਾਬਰ ਬਰਾਬਰ ਭਾਗ ਲੈ ਕੇ ਤੁਸੀਂ ਪਾਊਡਰ ਬਣਾ ਲਓ, ਤੁਸੀਂ ਇਹ ਯੂਜ ਚਾਹੇ ਸ਼ਹਿਦ ਨਾਲ ਲੈ ਲਓ, ਚਾਹੇ ਗਰਮ ਪਾਣੀ ਨਾਲ ਲੈ ਲਓ, ਚਾਹੇ ਭਿਉਂ ਕੇ ਲੈ ਲਓ, ਜਿਵੇਂ ਤੁਹਾਨੂੰ ਠੀਕ ਲੱਗਦਾ ਉਹ ਮਿਲੇ ਸਕਦੇ, ਕੋਈ ਪ੍ਰੋਬਲਮ ਨਹੀਂ। ਤੇ ਹੁਣ ਆਪਾਂ ਜਿਹੜੀ ਫਾਰਮੂਲੇ ਦੀ ਗੱਲ ਕਰ ਰਹੇ ਸੀ ਨਸ਼ਾ ਛੱਡਣ ਵਾਸਤੇ ਜਿਹੜੇ ਹੈਗੇ ਨੇ ਸਰੋਤੇ, ਉਹ ਮੈਂ ਫਾਰਮੂਲਾ ਦੱਸਿਆ ਵੀ ਪੁਰਾਣੇ ਗੁੜ ਵਿੱਚ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਸਾਰੀਆਂ ਤੁਸੀਂ ਮਿਕਸ ਕਰ ਲਓ ਵੀ ਪੁਰਾਣਾ ਗੁੜ ਇੰਨਾ ਕੁ ਪਾਉਣਾ ਹੈ ਵੀ ਸਿਰਫ ਗੋਲੀ ਉਪਯੋਗੀ ਹੋ ਜਾਵੇ। ਜਿਵੇਂ
ਚਿੱਟੇ ਛੋਲੇ ਜਿਹੜੇ ਹੁੰਦੇ ਆ ਉਹਨਾਂ ਦਾ ਆਕਾਰ ਹੋਵੇ ਕੋਈ ਜੀ, ਤੇ ਗੁੜ ਮਿਲਾ ਕੇ ਚੰਗੀ ਤਰ੍ਹਾਂ ਥੋੜਾ ਥੋੜਾ ਗੁੜ ਮਿਲਾਉਂਦੇ ਰਹੋ, ਜਦ ਦੇਖਿਆ ਵੀ ਗੋਲੀਆਂ ਵੱਟਣ ਜੋਗੀਆਂ ਹੋ ਗਈਆਂ ਤਾਂ ਚਿੱਟੇ ਛੋਲੇ ਜਿੰਨੇ ਹੁੰਦੇ ਆ ਉਹਨਾਂ ਦਾ ਆਕਾਰ ਹੋਵੇ, ਗੋਲੀਆਂ ਬਣਾ ਕੇ ਰੱਖ ਲਓ। ਤੇ ਕਰਨਾ ਕੀ ਆ, ਇਹ ਦੋ ਗੋਲੀਆਂ ਸਵੇਰੇ ਚੂਸਣੀ ਹੈ, ਇੱਕ ਗੋਲੀ ਚੂਸ ਲਓ ਖਤਮ ਹੋ ਗਈ ਤਾਂ ਦੂਜੀ ਮੂੰਹ ਚ ਪਾ ਲਓ, ਦੋ ਸਵੇਰੇ ਦੋ ਦੁਪਹਿਰੇ ਦੋ ਸ਼ਾਮ ਇਹ ਵਰਤੋ। ਤੇ ਨਾਲ ਜਿਹੜਾ ਸੁਹਾਂਜਣਾ ਹੁੰਦਾ ਮਰਿੰਗੋ, ਉਹਦਾ ਜਿਹੜਾ ਸਰ ਦਰਖਤ ਨੇ ਬਹੁਤ ਮਾਤਰਾ ਵਿਚ ਆਪਾਂ ਨੂੰ ਬੜੇ ਆਰਾਮ ਨਾਲ ਮਿਲਦੇ ਨੇ, ਕਿਉਂਕਿ ਜਦੋਂ ਦਾ ਸੁਹਾਂਜਣਾ ਦਾ ਪ੍ਰਚਾਰ ਹੋਇਆ ਤੇ ਬਹੁਤ ਜ਼ਿਆਦਾ ਇਹਦੇ ਪੌਦੇ ਲਗਾਏ ਗਏ ਨੇ, ਤੇ ਅੱਜ ਕੱਲ ਉਹ ਤੁਹਾਨੂੰ ਆਮ ਮਿਲ ਜਾਂਦੇ ਨੇ। ਜੇ ਨਸ਼ਾ ਛੱਡਣਾ ਤਾਂ ਨਾਲ ਇਹ ਵੀ ਫਾਰਮੂਲਾ ਕਰਨਾ, ਕਰਨਾ ਕੀ ਹੈ, ਤੁਸੀਂ ਇੱਕ ਮੁੱਠੀ ਭਰ ਕੇ ਸੁਹਾਂਜਣੇ ਦੇ ਹਰੇ ਪੱਤੇ, ਇੱਕ ਮੁੱਠੀ ਪੂਰੀ ਹੋ ਗਈ ਸੁਹਾਂਜਣੇ ਦੀ ਜਿਹਦੇ ਪੱਤੇ ਹਰੇ ਹਰੇ ਹੋਣ, ਤੇ ਉਹਦੇ ਵਿਚ ਪੰਜ ਚਾਰ ਕੜੀ ਪੱਤਾ, ਪੰਜ ਕੁ ਪੱਤੇ ਕੜੀ ਪੱਤੇ ਦੇ ਤੇ ਪੰਜ ਕੁ ਤੁਲਸੀ ਦੇ ਤਾਜੇ ਪੱਤੇ ਹੋਣ ਜੀ, ਤੇ ਇਹਨਾਂ ਨੂੰ ਲੈ ਕੇ ਤੁਸੀਂ ਇੱਕ ਗਲਾਸ ਪਾਣੀ ਵਿਚ ਪਾ ਲਓ ਤੇ ਮਿਕਸੀ ਵਿਚ ਪਾ ਲੈਣਾ, ਮੁੱਠੀ ਕੁ ਸੁਹਾਂਜਣੇ ਦੇ ਪੱਤੇ ਦੀ, ਪੰਜ ਕੜੀ ਪੱਤੇ ਤੇ ਪੰਜ ਕੁ ਹੋ ਗਏ ਤੁਲਸੀ ਦੇ ਪੱਤੇ, ਤੇ ਇੱਕ ਗਲਾਸ ਪਾਣੀ ਦਾ ਤੁਸੀਂ ਮਿਕਸੀ ਵਿਚ ਇਹਨੂੰ ਘੁਮਾ ਲਓ, ਗ੍ਰਾਇੰਡ ਕਰ ਲਓ, ਜਦ ਦੇਖੀ ਪੂਰਾ ਘੁਲ ਗਿਆ ਫਿਰ ਤੁਸੀਂ ਉਹਨੂੰ ਜਿਹਨੂੰ ਕਹਿੰਦੇ ਕੱਪੜੇ ਨਾਲ ਨਿਚੋੜ ਕੇ ਜੂਸ ਕੱਢ ਲਓ, ਤੇ ਇਹ ਇੱਕ ਗਲਾਸ ਸਵੇਰੇ ਤੇ ਇੱਕ ਗਲਾਸ ਸ਼ਾਮ, ਉਸੇ ਦਵਾਈ ਨਾਲ ਲੈਣਾ ਜਿਹੜੀ ਮੈਂ ਦੱਸਿਆ ਪਹਿਲਾਂ ਦੋ ਦੋ ਗੋਲੀਆਂ। ਜਿਹੜਾ ਇਸ ਤੋਂ ਆਂਜਣੇ ਦਾ ਸਰ ਜੂਸ ਆ, ਇਹ ਇੱਕ ਇਹਦੇ ਨਾਲ ਕੀ ਹੁੰਦਾ, ਤਾਕਤ ਮਿਲਦੀ ਆ, ਕਿਉਂਕਿ ਮਲਟੀ ਵਿਟਾਮਿਨ ਆਪਣੇ ਸਰੀਰ ਨੂੰ ਲੋੜ ਹੁੰਦੀ ਹੈ ਜਦੋਂ ਆਪਾਂ ਨਸ਼ਾ ਖਾਂਦੇ, ਤੋੜ ਨੀ ਲੱਗਦੀ, ਇਮਿਊਨਿਟੀ ਲੈਵਲ ਵਧੀਆ ਹੁੰਦਾ, ਤੇ ਬਾਰ ਬਾਰ ਜਿਹੜੀ ਤੁਹਾਨੂੰ ਛਿੱਕਾਂ ਲੱਗਦੀ ਹੈ, ਜਿਹੜੇ ਸਿਮਟਮ ਜ਼ਿਆਦਾ ਇਹੀ ਹੁੰਦੇ ਨਸ਼ਾ ਛੱਡਣ ਤੋਂ ਬਾਅਦ, ਤੋੜ ਲੱਗਦੀ ਆ ਜਾਂ ਛਿੱਕਾਂ ਆਉਂਦੀਆਂ ਜਾਂ ਜਿਹਨੂੰ ਕਹਿੰਦੇ ਨੀਂਦ ਨੀ ਆਉਂਦੀ, ਇਹ ਸਾਰੀ ਇਹਦੇ ਨਾਲ ਠੀਕ ਹੋ। ਪਹਿਲੇ 15 ਦਿਨ ਜੇ ਤੁਸੀਂ ਕੱਢੇ ਜਿਵੇਂ ਥੋੜੀ ਤੋੜ ਲੱਗੀ ਤਾਂ ਪੈ ਗਈ ਦਵਾਈ ਜੂਸ ਵੀ ਜਿਹੜੀ ਮੈਂ ਦੱਸੀ ਰਿਹਾ ਤੇ ਨਾਲੇ ਜੂਸ ਪੀ ਲਿਆ, ਤਾਂ ਤੁਹਾਨੂੰ 100% ਮੇਰੀ ਗਰੰਟੀ ਆ ਵੀ ਤੁਹਾਨੂੰ ਨਸ਼ਾ ਛੁੱਟ ਜੂਗਾ, ਚਾਹੇ ਉਹ ਅਫੀਮ ਆ, ਚਾਹੇ ਉਹ ਭੁੱਖੀ ਆ, ਚਾਹੇ ਦਾਰੂ ਪੀਨੇ ਹੋ, ਜੋ ਵੀ ਨਸ਼ਾ ਛੁੱਟੂਗਾ 100%। ਤੇ ਨਾਲ ਜ਼ਰੂਰ ਕਰਨਾ ਵੀ ਉਹਦੇ ਵਿਚ ਤੁਸੀਂ ਕੀ ਕਰਨਾ ਹੈ, ਦੁੱਧ ਲੱਸੀ ਤੇ ਫਲਾਂ ਦਾ ਜੂਸ ਜੀ, ਦੁੱਧ ਲੱਸੀ ਤੇ ਫਲਾਂ ਦਾ ਜੂਸ ਇਹਦੀ ਮਾਤਰਾ ਵਧਾਉਣੀ, ਕਿਉਂਕਿ ਜਦੋਂ ਨਸ਼ਾ ਛੱਡਦੇ ਆਪਾਂ ਤਾਂ ਸਰੀਰ ਵਿਚ ਖੁਸ਼ਕੀ ਪੈਦਾ ਹੋ ਜਾਂਦੀ, ਤਾਂ ਉਦੋਂ ਜੇ ਆਪਾਂ ਦੁੱਧ ਲੱਸੀ ਤੇ ਦਹੀਂ ਜਾਂ ਫਲਾਂ ਦਾ ਜੂਸ ਆਪਾਂ ਜ਼ਿਆਦਾ ਪੀਵਾਂਗੇ ਤਾਂ ਉਹ ਚੀਜ਼ ਚ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ, ਨਾਲ ਸਪੋਰਟ ਕਰੂਗਾ ਇਹ ਜਿਹੜਾ ਆਪਾਂ ਨਾਲ ਪੀਵਾਂ। ਤੇ ਜਿੰਨੇ ਵੀ ਸਰੋਤੇ ਮੇਰੇ ਸਤਿਕਾਰਯੋਗ ਸਰੋਤੇ ਨੇ, ਇਹ ਨੁਸਖੇ ਨੂੰ ਵਰਤ ਕੇ ਦੇਖਿਓ, ਕਿਉਂਕਿ ਜਿਹੜਾ ਨਸ਼ਾ ਹੈ ਤੇ ਘਰ ਦਾ ਕਲੇਸ਼ ਖਤਮ ਨਹੀਂ ਹੋਣ ਦਿੰਦਾ, ਆਰਥਿਕ ਸਥਿਤੀ ਵਿਗਾੜਦਾ ਹੈ ਤੇ ਬਾਕੀ ਸਰੀਰ ਵੀ ਬੰਦੇ ਦਾ ਕੰਡਮ ਹੋ ਜਾਂਦਾ। ਨਸ਼ੇ ਨੇ ਲੋਕਾਂ ਦੀਆਂ ਪ੍ਰੋਪਰਟੀਆਂ, ਪਤਾ ਨੀ ਕਿੰਨੇ ਲੋਕਾਂ ਨੇ ਪ੍ਰੋਪਰਟੀਆਂ ਵੇਚ ਵੇਚ ਕੇ ਖਾ ਲਈਆਂ, ਪਰ ਨਸ਼ੇ ਨੇ ਉਹ ਮੁੜ ਕੇ ਨਾ ਪ੍ਰੋਪਰਟੀਆਂ ਮਿਲੀਆਂ ਨਾ ਆਰਥਿਕ ਸਥਿਤੀ ਹੋਈ ਠੀਕ, ਤੇ ਘਰ ਦਾ ਜਿਹੜਾ ਕਲੇਸ਼ ਆ ਨਾ ਉਹ ਨਿਬੜਿਆ। ਮੈਨੂੰ ਪੂਰੀ ਉਮੀਦ ਆ ਵੀ ਜਿਹੜਾ ਮੇਰਾ ਇਹ ਨੁਸਖਾ ਹੈ, ਤੁਹਾਡੀਆਂ ਸਾਰੀਆਂ ਖੁਸ਼ੀਆਂ ਜੋ ਤੁਹਾਡੀਆਂ ਖੋਈਆਂ ਹੋਈਆਂ ਉਹ ਵਾਪਸ ਲਿਆਊਗਾ, ਕਿਉਂਕਿ ਬੜੀ ਇਮਾਨਦਾਰੀ ਨਾਲ ਮੈਂ ਇਹ ਫਾਰਮੂਲਾ ਸਰੋਤਿਆਂ ਨੂੰ ਦੱਸਿਆ, ਕਿਉਂਕਿ ਚੰਨ ਪ੍ਰਦੇਸ਼ ਦੇ ਸਰੋਤੇ ਨੇ ਅਕਸਰ ਮੈਨੂੰ ਫੀਡਬੈਕ ਆਉਂਦੀ ਵੀ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਦੇ ਨੇ। ਇਹ ਨੁਸਖਾ ਤੁਸੀਂ ਵਰਤ ਕੇ ਦੇਖੋ, ਤੁਹਾਨੂੰ 100% ਤੁਹਾਡੇ ਘਰ ਵਿਚ ਖੁਸ਼ਹਾਲੀ ਤੇ ਜਿਹੜੀ ਆਰਥਿਕ ਸਥਿਤੀ ਠੀਕ ਹੋਊਗੀ। ਸਰੋਤੇ ਨੂੰ ਜਿਹੜਾ ਫਾਰਮੂਲਾ ਤੇ ਵਰਤ ਕੇ ਜ਼ਰੂਰ ਦੇਖੋ। ਮੈਂ ਜੀ ਆਪਣੇ ਕੋਲ 3 ਮਿੰਟ ਹੋਰ ਨੇ ਜੀ, ਕੋਈ ਹੋਰ ਛੋਟਾ ਜਿਹਾ ਨੁਸਖਾ ਸੌਖਾ ਜਿਹਾ ਚੇਤੇ ਜਿਹਾ ਰੱਖਣ ਵਾਲਾ? ਹਾਂਜੀ ਤੇ ਹਾਂਜੀ ਹਾਂ, ਇੱਕ ਹੋਰ ਸਮੱਸਿਆ, ਮੈਨੂੰ ਕਈ ਕੁਐਸਚਨ ਆਏ ਨੇ, ਅਲਰਜੀ, ਸਕਿਨ ਅਲਰਜੀ ਨੂੰ ਕਹਿੰਦੇ ਕਿ ਚਮੜੀ ਪਰ ਖਾਰਿਸ਼ ਹੁੰਦੀ ਰਹਿੰਦੀ ਆ, ਧੱਫੜ ਹੋ ਗਏ, ਕਦੇ ਦੱਦਾਂ ਪੈ ਗਈਆਂ, ਜਾਂ ਜਿਹਨੂੰ ਕਹਿੰਦੇ ਸੁੱਕੀ ਖਾਜ ਹੋ ਜਾਂਦੀ ਹੈ। ਉੱਥੇ ਫਾਰਮੂਲਾ ਮੈਂ ਦੱਸਣ ਲੱਗਿਆ, ਹੁਣ ਇਹ ਵੀ ਨੋਟ ਕਰ ਲੈਣ ਸਰੋਤੇ। ਗੋਰਖ ਮੁੰਡੀ ਇੱਕ ਸਰ ਪੌਦੇ ਦਾ ਫਲ ਹੁੰਦਾ ਗੋਰਖ ਮੁੰਡੀ, ਗੋਰਖ ਮੁੰਡੀ 50 ਗ੍ਰਾਮ ਤੇ ਸ਼ੁੱਧ ਗੰਧਕ, ਬੈਜਰਾਫਟ ਕੰਪਨੀ ਦੀ ਸ਼ੁੱਧ ਗੰਧਕ ਲੈਣੀ ਹੈ ਤੁਸੀਂ, 10 ਗ੍ਰਾਮ ਇਹ ਲੈਣੀ ਹੈ, ਤੇ ਗੇਰੂ ਜਿਹਨੂੰ ਕਹਿੰਦੇ ਲਾਲ ਮਿੱਟੀ ਆਉਂਦੀ ਗੇਰੂ, ਗੇਰੂ 50 ਗ੍ਰਾਮ ਗੇਰੂ ਹੋ ਗਿਆ, ਤੇ ਕਾਲੀ ਜੀਰੀ 50 ਗ੍ਰਾਮ। ਇੱਕ ਵਾਰ ਫੇਰ ਸੁਣ ਲੈਣ ਸਰੋਤੇ, ਗੋਰਖ ਮੁੰਡੀ 50 ਗ੍ਰਾਮ,
ਸ਼ੁੱਧ ਆਂਵਲਾ ਸਾਲ ਅੰਦਰ 10 ਗ੍ਰਾਮ ਪੈਦਨਾਥ ਜਾਂ ਡਾਵਰ ਦੀ, ਗੇਰੂ 50 ਗ੍ਰਾਮ ਤੇ ਕਾਲੀ ਜੀ ਦੀ 50 ਗ੍ਰਾਮ। ਇਹ ਸਾਰੀਆਂ ਚੀਜ਼ਾਂ ਤੁਸੀਂ ਮਿਕਸ ਕਰ ਲੈਣੀਆਂ। ਮਿਕਸ ਕਰਕੇ ਜਿਹਨਾਂ ਨੂੰ ਧੱਫੜ ਹੁੰਦੇ ਨੇ, ਵਾਰ ਵਾਰ ਖਾਜ ਹੁੰਦੀ ਆ, ਐਲਰਜੀ ਰਹਿੰਦੀ ਆ, ਉਹਨਾਂ ਵਾਸਤੇ ਫਾਰਮੂਲਾ ਬਹੁਤ ਵਧੀਆ ਹੈ। 1-1 ਗ੍ਰਾਮ ਸਵੇਰੇ ਸ਼ਾਮ ਜੀ, ਚਮਚੇ ਦਾ ਚੌਥੇ ਹਿੱਸੇ ਤੋਂ ਵੀ ਘੱਟ, ਜਿਵੇਂ ਚੌਥਾ ਹਿੱਸਾ ਮਿਣ ਕੇ ਚੱਲ ਲਓ, ਉਹ ਤੋਂ ਵੀ ਅੱਧੀ ਕਰ ਲਓ। 1 ਗ੍ਰਾਮ ਸਵੇਰੇ ਤੇ 1 ਗ੍ਰਾਮ ਸ਼ਾਮ ਨੂੰ ਲਾਓ, ਤੇ ਜਿਹੜਾ ਖੱਟੀ ਤਲੀ ਚੀਜ਼ ਸਾਰੀ ਚੀਜ਼ਾਂ ਬੰਦ ਕਰੋ, ਤੇ ਵੱਧ ਤੋਂ ਵੱਧ ਪਾਣੀ ਪੀਓ, ਤੇ ਇਹ ਫਾਰਮੂਲਾ ਤੁਹਾਡੀ ਜਿਹੜੀ ਸੁੱਕੀ ਖਾਜ ਆ, ਧੱਫੜ ਹੁੰਦੇ ਨੇ, ਇਹ ਉਹਨੂੰ ਬਿਲਕੁਲ ਠੀਕ ਕਰ ਦੂਗਾ, ਜਿਹੜਾ ਇਹ ਆਪਣਾ ਭੈਂਡ ਵਾਲਾ ਫਾਰਮੂਲਾ ਜੀ। ਤੇ ਬਹੁਤ ਮਿਹਰਬਾਨੀ ਬਹਿ ਜੀ, ਤੁਸੀਂ ਇਹ ਨੁਸਖੇ ਸਾਡੇ ਨਾਲ ਸਾਂਝੇ ਕੀਤੇ। ਤੇ ਅਗਲੀ ਗੱਲ ਹੁਣ ਦੱਸਿਓ, ਤੁਹਾਡੇ ਨਾਲ ਸੰਪਰਕ ਕਿਵੇਂ ਹੋ ਸਕਦਾ? ਸੰਪਰਕ ਨੰਬਰ 98-726-1-0005 ਮੇਰਾ ਨੰਬਰ ਆ, ਵਟਸਐਪ ਨੰਬਰ ਤੇ ਸੰਪਰਕ ਨੰਬਰ ਵੀ ਇਹੀ ਆ। ਜੇ ਕਿਸੇ ਨੂੰ ਕੋਈ ਕੁਸਚਨ ਹੋਵੇ, ਗੱਲ ਨਾ ਸਮਝ ਆਈ ਹੋਵੇ, ਤਾਂ ਮੈਨੂੰ ਕਾਲ ਕਰ ਸਕਦੇ।